ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਜੇਸ਼ ਮਹਿਰਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਉਹਨਾਂ ਮੁੱਦਿਆਂ ਤੇ ਚਰਚਾ ਕਰਦੇ ਹਾਂ ਜਿਹੜੇ ਮੁੱਦੇ ਸਿਆਸੀ ਗਲਿਆਰਿਆਂ ਵਿੱਚ ਅਤੇ ਸਮਾਜ ਦੇ ਵਿੱਚ ਚਰਚਾ 'ਚ ਰਹਿੰਦੇ ਨੇ ਤੇ ਸੁਰਖੀਆਂ 'ਚ ਰਹਿੰਦੇ ਨੇ। ਅੱਜ ਅਸੀਂ ਦੋ ਮੁੱਖ ਮੁੱਦਿਆਂ ਤੇ, ਵੱਡੇ ਮੁੱਦਿਆਂ ਤੇ, ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਗੱਲ ਕਰਾਂਗੇ। ਉਹ ਦੇਸ਼ ਲਈ ਤੇ ਸਮਾਜ ਲਈ ਤੇ ਸਾਡੇ ਖਾਸ ਕਰਕੇ ਪੰਜਾਬ ਲਈ ਬਹੁਤ ਹੀ ਮਹੱਤਵਪੂਰਨ ਹੈ, ਉਸ ਉੱਤੇ ਚਰਚਾ ਕਰਨੀ। ਯਾਨੀ ਕਿ ਪਹਿਲਾ ਮੁੱਦਾ ਗੱਲ ਕਰਾਂਗੇ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ। ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਹਮੇਸ਼ਾ ਹੀ ਗਰਮਾਇਆ ਰਿਹਾ, ਉਹਦੇ ਤੇ ਸਿਆਸਤ ਹੁੰਦੀ ਰਹੀ ਤੇ ਸਰਕਾਰਾਂ ਵੀ ਬਣਦੀਆਂ ਰਹੀਆਂ। ਜੇ ਅਸੀਂ ਗੱਲ ਕਰੀਏ ਦੇਸ਼ ਦੀ ਵੰਡ ਦੀ, ਤੇ ਜਦੋਂ ਦੇਸ਼ ਦੀ ਵੰਡ ਹੋਈ ਸੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਪਾਕਿਸਤਾਨ ਨਾਲ ਜਿਹੜੀ ਸੰਧੀ ਕੀਤੀ ਸੀ ਸਿੰਧੂ ਜਲ, ਉਹਦੇ ਨਾਲ ਲੋਕਾਂ ਦਾ ਇਹ ਕਹਿਣਾ, ਸਿਆਸੀ ਗਲਿਆਰਿਆਂ ਦਾ ਇਹ ਕਹਿਣਾ ਕਿ ਜਵਾਹਰ ਲਾਲ ਨਹਿਰੂ ਦੀ ਜਿਹੜੀਆਂ ਨੀਤੀਆਂ ਸੀ ਉਦਾਰਵਾਦੀ ਨੀਤੀਆਂ ਨੇ ਪਾਕਿਸਤਾਨ ਨੂੰ ਫਾਇਦਾ ਪਹੁੰਚਾਉਣਾ ਚਾਹਿਆ। ਚਲੋ, ਲੇਕਿਨ ਹੁਣ 72 ਸਾਲਾਂ ਬਾਅਦ ਵੀ ਅੱਜ ਦੀ ਡੇਟ 'ਚ ਜਦੋਂ ਕਿ ਪੰਜਾਬ ਦੇ ਅੰਦਰ ਪਾਣੀ ਦੀ ਕਿੱਲਤ ਹੈ, J&K ਦੇ ਅੰਦਰ, ਹਰਿਆਣਾ ਦੇ ਅੰਦਰ, ਰਾਜਸਥਾਨ ਦੇ ਅੰਦਰ ਪਾਣੀ ਦੀ ਕਿੱਲਤ ਹੈ, ਪਾਣੀ 200-200 ਫੁੱਟ ਥੱਲੇ ਚਲੇ ਗਿਆ ਤੇ ਹਜੇ ਤੱਕ ਸਰਕਾਰਾਂ ਸੁੱਤੀਆਂ ਪਈਆਂ। ਲੇਕਿਨ ਅਗਰ ਗੱਲ ਕਰੀਏ ਪਿਛਲੀ ਕੇਂਦਰ ਸਰਕਾਰ ਜਿਹੜੀ ਹੁਣ ਦੁਬਾਰਾ ਸੱਤਾ ਵਿੱਚ ਆਈ ਆ, NDA ਸਰਕਾਰ, ਉਹਨੇ ਕੁਛ ਉਪਰਾਲਾ ਕੀਤਾ। ਇਹ ਗੱਲ ਮੈਂ ਨਹੀਂ ਕਹਾਂਗਾ, ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਪਿਛਲੇ ਦਿਨੀ ਪੰਜਾਬ ਦੇ ਵਿੱਚ ਆ ਕੇ ਕਿ ਜਿਹੜਾ ਪਾਣੀ ਪਾਕਿਸਤਾਨ ਨੂੰ ਵਾਧੂ ਪਾਣੀ ਜਾ ਰਿਹਾ ਉਹ ਪਾਣੀ ਰੋਕ ਕੇ ਪੰਜਾਬ ਨੂੰ ਤੇ J&K ਨੂੰ ਤੇ ਹਰਿਆਣੇ ਨੂੰ ਦਿੱਤਾ ਜਾਏਗਾ। ਉਹਦਾ ਅਮਲੀਜਾਮਾ ਪਹਿਨਾਉਣ ਲਈ ਜਲ ਸੰਸਥਾਨ ਮੰਤਰੀ ਨਿਤਿਨ ਗਡਕਰੀ ਨੇ ਸ਼ਾਹਪੁਰ ਕੰਡੀ ਡੈਮ ਦਾ ਪ੍ਰੋਜੈਕਟ ਤਿਆਰ ਕੀਤਾ ਤੇ ਅੱਜ ਉਹ ਪ੍ਰੋਜੈਕਟ ਜਿਹੜਾ ਹੈ ਯੁੱਧ ਸਤਰ ਤੇ ਚੱਲ ਰਿਹਾ। ਉਮੀਦ ਕੀਤੀ ਜਾ ਰਹੀ ਹੈ ਕਿ ਉਸ ਪਾਣੀ ਨੂੰ ਰੋਕ ਕੇ ਉੱਥੇ ਡੈਮ ਜਿਹੜਾ ਘੱਟੋ ਘੱਟ 450 ਕਰੋੜ ਦੀ ਲਾਗਤ ਨਾਲ ਜਿਹੜਾ ਸ਼ੁਰੂ ਕੀਤਾ ਗਿਆ ਸੀ, ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 450 ਕਰੋੜ ਰੁਪਇਆ ਮੁਹੱਈਆ ਕਰਾਇਆ ਸੀ ਕਿ ਇਸ ਡੈਮ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਏ, ਜਦਕਿ ਇਹ ਕਿਆਸ ਲਗਾਏ ਜਾ ਰਹੇ ਕਿ 2022 ਤੱਕ ਇਹ ਡੈਮ ਤਿਆਰ ਹੋ ਜਾਊਗਾ। 2022 ਤੱਕ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਅੰਦਰ ਘੱਟੋ ਘੱਟ 5000 ਹੈਕਟੇਅਰ ਜਿਹੜੀ ਕ੍ਰਿਸ਼ੀ ਹੈ, ਸਾਡੀ ਖੇਤ ਹੈ, ਉਹ ਸਿੰਚਾਈ ਦੇ ਯੋਗ ਹੋ ਜਾਣਗੇ ਅਤੇ J&K ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਕ੍ਰਿਸ਼ੀ, ਜਿਹੜੇ ਖੇਤ ਹੈ ਸਾਡੇ, ਉਹ 32,000 ਲਗਭਗ ਤੋਂ ਉੱਤੇ ਹੀ ਜਿਹੜੀ ਹੈਕਟੇਅਰ ਜ਼ਮੀਨ ਹੈ ਉਹਦੀ ਸਿੰਚਾਈ ਵਾਸਤੇ ਇਹ ਪਾਣੀ ਯੂਜ਼ ਹੋ ਸਕਦਾ। ਅਤੇ ਇਹਦੇ ਨਾਲ ਦੀ ਨਾਲ ਬਿਜਲੀ ਵੀ ਬਹੁਤ ਵੱਡੀ ਤਦਾਦ 'ਤੇ ਪੈਦਾਵਾਰ ਹੋ ਸਕਦੀ ਹੈ। ਪਹਿਲਾਂ 750 ਮੈਗਾਵਾਟ ਜਿੱਥੇ ਯੂਜ ਬਿਜਲੀ ਪੈਦਾ ਹੋ ਰਹੀ ਸੀ, ਹੁਣ ਲਗਭਗ ਜੇ ਅਗਰ ਡੈਮ ਬਣ ਗਿਆ ਉਹ ਪਾਣੀ ਰੋਕਿਆ ਗਿਆ ਤੇ 10,000 ਤੋਂ ਉੱਤੇ ਮੈਗਾਵਾਟ ਬਿਜਲੀ ਪੈਦਾ ਹੋਏਗੀ, ਜਿਹਦਾ ਸਿੱਧਾ ਸਿੱਧਾ ਅਸਰ ਜਿਹੜਾ ਹੈ ਉਹ ਪੰਜਾਬ ਤੇ J&K ਨੂੰ ਦੇਖਣ ਨੂੰ ਮਿਲੇਗਾ। ਹੁਣ ਗੱਲ ਕਰਦੇ ਹਾਂ ਦੂਸਰੀ ਰਾਜਨੀਤੀ ਦੀ, ਇਹਦੇ ਤੇ ਸਿਆਸਤ ਵੀ ਹੁੰਦੀ ਰਹੀ ਤੇ ਦੂਸਰਾ ਜਿਹੜਾ ਸਾਡਾ ਮੁੱਖ ਮੁੱਦਾ ਹੈ ਪੰਜਾਬ ਦੇ ਅੰਦਰ ਨਵਜੋਤ ਸਿੰਘ ਸਿੱਧੂ ਦਾ ਮੁੱਦਾ ਕਿ ਸਿੱਧੂ ਕਾਂਗਰਸ ਛੱਡੂ ਜਾਂ ਫਿਰ ਕੈਪਟਨ ਦੀ ਤੇ ਸਿੱਧੂ ਦੀ ਜੱਫੀ ਜਿਹੜੀ ਆ ਹਾਈ ਕਮਾਂਡ ਦੇ ਵਿੱਚ ਮੀਟਿੰਗ ਹੋਈ ਆ ਉਹ ਕਦੋਂ ਪਾਉਗੀ, ਇਹ ਵੀ ਦੇਖਣ ਯੋਗ ਹੈ, ਉਹਦੇ ਤੇ ਵੀ ਚਰਚਾ ਕਰਾਂਗੇ। ਅਬ ਯਮੁਨਾ ਕੇ ਉੱਪਰ ਜੋ ਉੱਤਰਾਖੰਡ ਔਰ ਹਿਮਾਚਲ ਮੇਂ ਹਮ 6 ਡੈਮ ਬਣਾ ਰਹੇ ਹੈ, ਜਿਸ ਮੇਂ ਯਮੁਨਾ ਕੀ ਤਾਕਤ 6 ਰਾਜੋ ਕੇ ਬੀਚ ਮੇਂ ਹਮਨੇ ਸਾਈਨ ਕਰ ਲੀ ਹੈ, ਔਰ ਹਮਾਰੀ ਪਾਕਿਸਤਾਨ ਔਰ ਭਾਰਤ ਹੋਣੇ ਕੇ ਬਾਅਦ ਜੋ ਹਮਾਰੀ 3 ਨਦੀਆਂ ਪਾਕਿਸਤਾਨ ਕੋ ਮਿਲੀ ਥੀ, 3 ਭਾਰਤ ਕੋ ਮਿਲੀ ਥੀ, ਹਮਾਰੇ 3 ਨਦੀਓ ਕੇ ਅਧਿਕਾਰ ਕਾ
पानी पाकिस्तान में जा रहा था, अब आप उस पर भी तीन प्रोजेक्ट करके ये पानी भी वापस गंगा में ला रहे हैं, तो आप समझ लीजिए गंगा में पानी ही पानी है। जब ये डैम का निर्माण कार्य प्रारंभ होगा, साथ ही साथ नहर का काम भी बनेगा, कैनाल सिस्टम, ताकि जो अतिरिक्त पानी है पाकिस्तान ना जाता हुआ पंजाब हरियाणा और राजस्थान अपने ही क्षेत्र की सिंचाई करे। और मुझे लगता है कि जहां एक और कांग्रेस के नेता कहा करते थे कि पाकिस्तान का पानी रोका क्यों नहीं जा रहा और हमें इस प्रकार का ताना देते थे, उनको ये उत्तर देना होगा कि आपका अपना पानी भी पाकिस्तान जाता रहा, आपने 50 बरस क्या किया। सब तो पहला मैं ताला तारुफ करा दवा श्रोमणी अकाली दल दे सीनियर लीडर अते एडवोकेट सरदार इकबाल सिंह जी, थोड़ा बहुत बहुत स्वागत है इस चर्चा दे विच शामिल होने लई। ते दूसरा साडे यूथ दे लीडर ने जिन्हों पीडीए दे जिहड़े स्पोक्समैन दे तौर ते साडे नाल शामिल होए ने गुरनूर जी, थोड़ा बहुत बहुत स्वागत। और भारतीय जनता पार्टी दे सीनियर लीडर कौशिक जी साडे विच मौजूद ने, तुहाडा वी कौशिक जी बहुत बहुत स्वागत है। ਅਤੇ ਕਾਂਗਰਸ ਦੇ ਸੀਨੀਅਰ ਲੀਡਰ ਵਿਨੋਦ ਭਾਰਤੀ ਜੀ ਵੀ, ਜਿਹੜੇ ਕਿ ਜਨਰਲ ਸੈਕਟਰੀ ਵੀ ਨੇ ਔਰ ਕਾਫੀ ਹਮੇਸ਼ਾ ਹੀ ਸਾਡੇ ਨਾਲ ਚਰਚਾ ਵਿੱਚ ਜੁੜੇ ਰਹਿੰਦੇ ਨੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਭਾਰਤੀ ਜੀ। ਪਹਿਲਾ ਸਵਾਲ ਪਾਣੀਆਂ ਦੇ ਮੁੱਦੇ ਤੇ, ਪਹਿਲਾ ਸਵਾਲ ਹੈ ਵੀ ਜਦੋਂ ਦੀ ਕਾਂਗਰਸ ਸਰਕਾਰ ਹੋਂਦ ਚ ਆਈ ਹੈ, ਜਦੋਂ ਦੀ ਦੇਸ਼ ਦੀ ਵੰਡ ਹੋਈ ਹੈ, ਤੇ ਜਿਹੜਾ ਪਾਣੀਆਂ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ, ਕਿਉਂਕਿ ਤਿੰਨ ਨਦੀਆਂ ਦਾ ਜਿਹੜੀ ਸੰਧੀ ਹੋਈ ਸੀ ਉਹ ਤਿੰਨ ਨਦੀਆਂ ਨੂੰ ਪਾਕਿਸਤਾਨ ਦੇ ਵਿੱਚ ਦਿੱਤਾ ਗਿਆ, ਸਾਡੇ ਨਾਲ ਜਿਹੜੀ ਸਤਲੁਜ ਰਾਵੀ ਤੇ ਬਿਆਸ ਉਹਦਾ ਪਾਣੀ ਜਿਹੜਾ ਡੈਮ ਰਾਹੀਂ ਅਸੀਂ ਜਮਨਾ ਦੇ ਵਿੱਚ ਸੁੱਟਾਂਗੇ ਤੇ ਉਹਦਾ ਫਾਇਦਾ ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਤੇ ਜੇ ਐਂਡ ਕੇ ਨੂੰ ਮਿਲਣ ਵਾਲਾ। ਕੀ ਗਿੱਲ ਸਾਹਿਬ ਇਹ ਹੁਣ 72 ਸਾਲ ਬਾਅਦ ਧਿਆਨ ਆਇਆ, ਕੀ ਇਹ ਪਹਿਲਾਂ ਨਹੀਂ ਧਿਆਨ ਆਉਣਾ ਚਾਹੀਦਾ ਸੀ? ਦੇਖੋ ਗੱਲ ਇਹ ਹੈ ਬਈ ਪਾਣੀਆਂ ਦੇ ਮਸਲੇ 'ਤੇ ਤੁਸੀਂ ਜਿਵੇਂ ਜਾਣਦੇ ਹੋ ਸਾਰੇ ਸਾਡੇ ਦੇਸ਼ ਦੇ ਵਿੱਚ ਵੀ ਅਤੇ ਇੰਟਰਨੈਸ਼ਨਲ ਤੌਰ 'ਤੇ ਵੀ ਰਿਪੇਰੀਅਨ ਐਕਟ ਬਣਿਆ ਹੋਇਆ। ਉਹ ਰਿਪੇਰੀਅਨ ਐਕਟ ਦੇ ਮੁਤਾਬਕ ਪਾਕਿਸਤਾਨ ਵੀ ਰਿਪੇਰੀਅਨ ਸਟੇਟ ਸੀ, ਹਿੰਦੁਸਤਾਨ ਵੀ ਰਿਪੇਰੀਅਨ ਸਟੇਟ ਸੀ, ਕਿਉਂਕਿ ਪੰਜੇ ਦਰਿਆ ਆਪਣੇ ਦੇ ਵਿੱਚ ਦੀ ਲੰਘ ਕੇ ਉਹਨਾਂ ਵਿੱਚ ਦੀ ਜਾ ਕੇ ਸਮੁੰਦਰ 'ਚ ਪੈਂਦੇ। ਜਦੋਂ ਇਹਨਾਂ ਦਾ ਸਮਝੌਤਾ ਜਿਹਨੂੰ ਤੁਸੀਂ ਸਿੰਧੂ ਜਲ ਸਮਝੌਤਾ ਕਹਿੰਦੇ ਹੋ ਉਹ ਹੋਇਆ, ਤਾਂ ਉਸ ਵਕਤ ਨਹਿਰੂ ਦੀ ਕਮਾਂਡ ਥੱਲੇ ਸਾਡੀ ਸਰਕਾਰ ਨੇ ਵੱਧ ਤੋਂ ਵੱਧ ਏਰੀਆ ਦਿਖਾਉਣ ਦੀ ਖਾਤਰ ਕਿ ਲਓ ਜੀ ਸਾਡੇ ਕੋਲ ਸਿੰਜਾਈ ਲਈ ਏਰੀਆ ਜਿਹੜਾ ਹੈਗਾ ਆਹ, ਸਾਨੂੰ ਸਿੰਜਾਈ ਲਈ ਇੰਨੀ ਜ਼ਰੂਰਤ ਹੈ, ਤੁਹਾਡੀ ਸਿੰਜਾਈ ਲਈ ਇੰਨੀ ਜ਼ਰੂਰਤ ਹੈ, ਸਿੰਜਾਈ ਦਾ ਏਰੀਆ ਵੱਧ ਦਿਖਾਉਣ ਲਈ ਜਿਹੜੇ ਸਾਡਾ ਨਾਲ ਦਾ ਗੁਆਂਢੀ ਸੂਬਾ ਹੈਗਾ ਰਾਜਸਥਾਨ, ਉਹਦਾ ਏਰੀਆ ਜਿਹੜਾ ਇਰੀਗੇਸ਼ਨ ਵਾਲਾ ਸੀ ਉਹਦਾ ਇਨਕਲੂਡ ਕਰਕੇ ਪੰਜਾਬ ਅਤੇ ਹਰਿਆਣੇ ਵਿੱਚ, ਕਿਉਂਕਿ ਉਦੋਂ ਇੱਕ ਸਟੇਟ ਸੀ ਇਹ, ਪੰਜਾਬ ਅਤੇ ਹਰਿਆਣੇ 'ਚ ਇੱਕ ਇਹ ਨਾਲ ਰਲਾ ਕੇ ਰਾਜਸਥਾਨ ਦਿਖਾਤਾ ਕਿ ਸਾਡਾ ਜਿਹੜਾ ਇੰਨਾ ਏਰੀਆ ਇਰੀਗੇਟਡ ਹੋਣ ਵਾਲਾ ਹੈ ਅਤੇ ਇਸ ਲਈ ਸਾਨੂੰ ਪਾਣੀ ਇੰਨਾ ਚਾਹੀਦਾ, ਤੁਹਾਡਾ ਇੰਨਾ ਚਾਹੀਦਾ। ਉਹਦੇ ਹਿਸਾਬ ਨਾਲ ਪਾਣੀ ਦੀ ਵੰਡ ਹੋ ਗਈ ਅਤੇ ਵੰਡ ਦੇ ਵਿੱਚ ਇਹ ਆ ਗਿਆ ਕਿ ਚਨਾਬ ਅਤੇ ਜੇਹਲਮ ਉਹਨਾਂ ਨੂੰ ਆ ਗਏ ਅਤੇ ਜਿਹੜੇ ਤਿੰਨ ਦਰਿਆ ਸੀ ਰਾਵੀ ਸਤਲੁਜ ਅਤੇ ਬਿਆਸ ਇਹ ਕੰਪਲੀਟਲੀ ਸਾਨੂੰ ਆ ਗਏ। ਲੇਕਿਨ ਸਾਡੇ ਇੰਜੀਨੀਅਰਾਂ ਦੀ ਕਹਿ ਲਓ ਗੌਰਮੈਂਟਾਂ ਦੀ ਸੈਂਟਰ ਦੀ ਜਿਹੜੀ ਬਹੁਤ ਸਮਾਂ ਕਾਂਗਰਸ ਪਾਰਟੀ ਦੀ ਰਹੀ ਉਹਨਾਂ ਦੀ ਕਹਿ ਲਓ, ਇਕੱਲਾ ਕਹਿ ਲਓ ਹੀ ਨਹੀਂ, ਪ੍ਰਤੱਖ ਰੂਪ ਦੇ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਨੇ
ਪੰਜਾਬ ਨਾਲ ਜਗੋਂ ਤੇਰ ਵੀ ਕੀਤੀ। ਉਹ ਸੂਬੇ ਦੀ ਜਿਹੜੇ ਸੈਂਟਰ ਦੇ ਕਾਨੂੰਨ ਨੇ ਪਾਣੀਆਂ ਬਾਰੇ ਉਹਨਾਂ ਦੀ ਉਲੰਘਣਾ ਹੋਈ। ਮੈਂ ਇਹਦੀ ਛੋਟੀ ਜਿਹੀ ਤੁਹਾਨੂੰ ਬੈਕਗਰਾਊਂਡ ਯਾਦ ਕਰਾ ਦੇਵਾਂ ਵੀ ਜਦੋਂ ਇੱਥੇ ਅੰਗਰੇਜ਼ ਰਾਜ ਚੱਲਦਾ ਸੀ ਉਸ ਵਕਤ ਇਹ ਪੰਜਾਬ ਸੀ, ਆਪਾਂ ਜਿੱਥੇ ਬੈਠੇ ਹਾਂ ਆਹ ਨਾਲ ਜਿਹੜਾ ਪਟਿਆਲਾ ਹੈਗਾ ਇਹ ਪੈਪਸੂ ਸੀ, ਜਿਹਨੂੰ ਪੰਜਾਬ ਐਂਡ ਈਸਟਰਨ ਪੰਜਾਬ ਸਟੇਟਸ ਯੂਨੀਅਨ ਕਿਹਾ ਜਾਂਦਾ ਸੀ। ਜਿਹੜਾ ਪੈਪਸੂ ਸੀ ਉਹ ਜਿਹੜਾ ਪਾਣੀ ਪੰਜਾਬ ਤੋਂ ਲੈਂਦਾ ਸੀ ਉਹਦਾ ਸਾਨੂੰ ਉਹ ਮੁੱਲ ਦਿੰਦਾ ਸੀ। ਜਿਹੜਾ ਪਾਣੀ ਗੰਗਾਨਗਰ ਨੂੰ ਜਾਂਦਾ ਸੀ ਉਹ ਰਾਜਾ ਗੰਗਾ ਸਿੰਘ ਲੈ ਕੇ ਗਿਆ ਅੰਗਰੇਜ਼ਾਂ ਤੋਂ। ਲੇਕਿਨ ਦੇਖੋ ਉਹ ਕਿੱਥੋਂ ਆਏ ਹੋਏ ਸੀ ਤੇ ਭਾਵੇਂ ਸਾਡੇ ਦੇ ਉੱਤੇ ਨਜਾਇਜ਼ ਕਾਬਜ਼ ਸੀ ਲੇਕਿਨ ਕਾਨੂੰਨ ਦੀ ਇੰਨੀ ਕਦਰ ਕਰਦੇ ਸੀ ਕਿ ਉਹਨਾਂ ਨੇ ਪੰਜਾਬ ਦੇ ਪਾਣੀ ਨੂੰ ਪੰਜਾਬ ਦਾ ਮੰਨਿਆ ਤੇ ਜਿਹੜਾ ਗੰਗਾਨਗਰ ਨੂੰ ਪਾਣੀ ਦਿੱਤੀ ਗੰਗ ਕਨਾਲ ਰਾਹੀਂ ਉਹਦਾ ਮੁੱਲ ਪੰਜਾਬ ਨੂੰ ਮਿਲਦਾ ਸੀ, ਰਾਇਲਟੀ ਪੰਜਾਬ ਨੂੰ ਮਿਲਦੀ ਸੀ। ਅੱਜ ਤੱਕ ਤਾਂ ਮਿਲੀ ਨਹੀਂ, ਅੰਗਰੇਜ਼ ਰਾਜ ਦੇ ਵਿੱਚ 47 ਤੱਕ ਮਿਲਦੀ ਰਹੀ ਆ ਗੰਗ ਕਨਾਲ ਦੀ। ਅੰਗਰੇਜ਼ ਰਾਜ ਦੇ ਵਿੱਚ ਪੈਪਸੂ ਸਾਨੂੰ ਇੱਕ ਰਾਇਲਟੀ ਦਿੰਦਾ ਰਿਹਾ ਲੇਕਿਨ ਜਦੋਂ ਅੰਗਰੇਜ਼ ਚਲੇ ਗਏ ਕਾਨੂੰਨਾਂ ਦੀ ਐਸੀ ਲੰਘਣਾ ਹੋਈ ਕਿ ਰਿਪੇਰੀਅਨ ਲੈ ਐਸੀ ਲੰਘਣਾ ਹੋਈ ਕਿ ਜਿਹੜੇ ਗੈਰ ਰਿਪੇਰੀਅਨ ਸਟੇਟ ਸੀਗਾ ਉਹਨੂੰ ਪੰਜਾਬ ਦਾ 17 ਮਿਲੀਅਨ ਏਕੜ ਫੁੱਟ ਟੋਟਲ ਪਾਣੀ ਆ ਉਹਦੇ ਚੋਂ 8.5 ਜਾਣੀ ਕਿ ਪੂਰਾ 50% ਪਾਣੀ ਉਹ ਜਿਹੜੀਆਂ ਸਮੁੰਦਰ ਵਰਗੀਆਂ ਦੋ ਨਹਿਰਾਂ ਨੇ ਹਰੀਕਿਆਂ ਤੋਂ ਜਾਂਦੀਆਂ ਉਹਨਾਂ ਰਾਹੀਂ ਰਾਜਸਥਾਨ ਨੂੰ, ਉਸ ਰਾਜਸਥਾਨ ਨੂੰ ਜਿਹਦਾ ਕੋਈ ਖੂੰਜਾ ਪੰਜਾਬ ਦੇ ਪਾਣੀਆਂ ਨਾਲ ਲੱਗਦਾ ਨਹੀਂ, ਪੰਜਾਬ ਦਾ 50% ਪਾਣੀ ਇੰਦਰਾ ਗਾਂਧੀ ਨੇ, ਨਹਿਰੂ ਨੇ ਰਾਜਸਥਾਨ ਨੂੰ ਦਿੱਤਾ। ਤੁਹਾਡਾ ਮਤਲਬ ਇਹ ਆ ਵੀ ਇਹ ਸਾਰੀ ਜਿਹੜੀ ਹੈ ਜਿੱਡਾ ਵੀ ਕੁਥਾਈ ਹੋਈ ਹੈ ਇਹ ਕਾਂਗਰਸ ਦੀ ਸਰਕਾਰ ਵੇਲੇ ਹੋਈ ਹੈ, ਸ਼ਰੇਆਮ ਹੋਈ ਆ। ਉਸ ਤੋਂ ਵੀ ਅੱਗੇ ਜਿਹੜੀ ਰਹਿੰਦੀ ਖੁੰਦਾ ਪੰਜਾਬ ਪਾਣੀ ਦਾ ਸੀ ਉਹਨੂੰ ਵਾਇਆ ਜਮਨਾ ਲਿੰਕ ਜਿਹੜੀ ਆ ਆਦਮ ਚਲੇ ਪਈ ਆ ਹਜੇ ਵੀ, ਜਿਹੜੀ ਪੰਜਾਬੀਆਂ ਨੇ ਬੜੀ ਕੁਰਬਾਨੀਆਂ ਦੇ ਕੇ ਰੋਕੀ ਗਈ ਆ, ਉਹ ਉਹਦੇ ਵਿੱਚ ਵੀ ਪੰਜਾਬ ਦਾ ਰਹਿੰਦਾ ਖੁਦਾ ਪਾਣੀ ਲਿਜਾਣ ਦੀ ਕੋਸ਼ਿਸ਼ ਕੀਤੀ। ਇਹ ਪੰਜਾਬੀਆਂ ਦੀ ਹਿੰਮਤ ਆ, ਇਹ ਪੰਜਾਬੀਆਂ ਦਾ ਏਕਾ ਜਿਹਦੇ ਕਰਕੇ ਉਹ ਪਾਣੀ ਬਚੇ। ਅੱਗੇ ਸਵਾਲ ਆ, ਮੈਂ ਕੌਸ਼ਿਕ ਜੀ ਨੂੰ ਗੱਲ ਕਰਾਂਗਾ। ਚਲੋ ਇਸ ਵੇਲੇ ਕੌਸ਼ਿਕ ਜੀ ਤੁਹਾਡੇ ਵੀ ਮਤਲਬ ਇਸ ਵੇਲੇ ਮੇਨ ਸੱਤਾ ਵਿੱਚ ਦੁਆਰਾ ਸਰਕਾਰ ਆਈ ਹੈ ਤੁਹਾਡੀ, ਔਰ ਗਿੱਲ ਸਾਹਿਬ ਵੀ ਅਕਾਲੀ ਦਲ ਦੇ ਤੁਹਾਡੇ ਭਾਈਵਾਲ ਹੀ ਨੇ, ਉਹ ਗੱਲ ਵੀ ਕਹਿ ਰਹੇ ਆ, ਲੇਕਿਨ ਕਾਂਗਰਸ ਤੇ ਜਿਹੜਾ ਠੀਕਰਾ ਬਣ ਰਿਹਾ ਤੁਹਾਡਾ ਕੀ ਵਿਚਾਰ? ਬਿਲਕੁਲ ਠੀਕ ਬਣ ਰਹੇ ਆ ਮੇਰਾ ਸਾਹਿਬ, ਬਿਲਕੁਲ ਠੀਕ ਬਣ ਰਹੇ ਨੇ। ਜਿਹੜੀ ਆਪਣਾ ਨਹਿਰ ਦੀ ਇਹਨਾਂ ਨੇ ਗੱਲ ਕੀਤੀ ਆ ਸਤਲੁਜ ਯਮੁਨਾ ਲਿੰਕ ਨਹਿਰ ਦੀ, ਉਹ ਪਟਾਉਣ ਵਾਸਤੇ ਕੈਪਟਨ ਸਾਹਿਬ ਉੱਥੇ ਲੱਡੂ ਵੰਡ ਰਹੇ ਸੀਗੇ, ਜਿਹੜੇ ਅੱਜ ਗੱਲਾਂ ਕਰਦੇ ਨੇ ਪੰਜਾਬ ਦੇ ਪਾਣੀਆਂ ਦੇ, ਜਿਹੜੇ ਕਹਿੰਦੇ ਇੱਕ ਦਿਨ ਦਾ ਅਸੀਂ ਸੈਸ਼ਨ ਲਾਇਆ, ਅਸੀਂ ਪਾਣੀ ਰੋਕਿਆ, ਅਸੀਂ ਸੁਪਰੀਮ ਕੋਰਟ 'ਚ ਐਫੀਡੈਵਿਟ ਦਿੱਤਾ। ਗਿੱਲ ਸਾਹਿਬ ਨੇ ਬਹੁਤ ਵਿਸਤਾਰ ਦੱਸਤਾ ਪੈਪਸੂ ਦਾ ਵੀ ਔਰ ਗੰਗ ਨਹਿਰ ਦਾ ਵੀ। ਅੱਜ ਦੀ ਡੇਟ ਦੇ ਵਿੱਚ ਅਗਰ ਬਾਦਲ ਸਾਹਿਬ ਨੇ ਰਕਵੇ ਕੈਂਸਲ ਨਾ ਕੀਤੇ ਹੁੰਦੇ, ਇਹਨਾਂ ਨੇ ਸੁਪਰੀਮ ਕੋਰਟ 'ਚ ਜਾ ਕੇ ਐਫੀਡੈਵਿਟ ਦੇ ਦੇਣਾ ਸੀਗਾ ਵੀ ਸਾਡੇ ਵੱਲੋਂ ਨਹਿਰ ਤਿਆਰ ਹੈ ਜੀ, ਅਸੀਂ ਤਿਆਰ ਕਰਨ ਨੂੰ ਤਿਆਰ ਹੈ, ਹਰਿਆਣੇ ਵਾਲੇ 'ਚ ਪਾਣੀ ਲੱਲਣ। ਇਹ ਸਾਰਾ ਪਾਣੀ ਤਾਂ ਕੈਪਟਨ ਸਾਹਿਬ ਨੇ ਵੀ ਉਦੋਂ ਆਪਣੇ ਲਾਈਨ ਦੇ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਪੰਜਾਬੀਆਂ ਵਾਸਤੇ ਮੋਰਚੇ ਲਾਏ, ਚਾਹੇ ਉਹ ਜੈਤੋਂ ਦਾ ਮੋਰਚਾ ਸੀਗਾ, ਚਾਹੇ ਘੱਲੂਘਾਰਾ ਵੱਡਾ ਸੀ, ਚਾਹੇ ਛੋਟਾ ਸੀ, ਚਾਹੇ ਪਾਣੀਆਂ ਦੇ ਮੋਰਚੇ ਸੀਗੇ। ਕਾਂਗਰਸੀ ਤਾਂ ਜਾ ਕੇ ਉੱਥੇ ਗੋਦੀ 'ਚ ਬੈਠੇ ਹੋਏ ਸੀ ਨਹਿਰੂ ਦੀ ਤੇ ਇੰਦਰਾ ਗਾਂਧੀ ਦੀ, ਇਹਨਾਂ ਨੂੰ ਇੱਕੋ ਚੀਜ਼ ਨਜ਼ਰ ਆਉਂਦੀ ਸੀ ਸਾਡੀ ਹਾਈਕਮਾਂਡ ਪੰਜਾਬੀਆਂ ਨੂੰ ਉਹਨਾਂ ਨੇ ਚੱਕੇ ਟੱਕਤਾ। ਅੱਜ ਸਾਡਾ ਕਿਸਾਨ ਤਰਸ ਰਿਹਾ, ਹੁਣ ਜਿਹੜਾ ਫਤਿਹ ਵੀਰ ਵਾਲਾ ਕਿੱਸਾ ਹੋਇਆ ਇਹ ਇਹਨਾਂ ਦੀ ਦੇਣ ਹੈ ਇਨਡਾਇਰੈਕਟਲੀ। ਅਗਰ ਇਹ ਪਾਣੀਆਂ ਨੂੰ ਖਤਮ ਨਾ ਕਰਦੇ ਤੇ 2-2, 3-3 ਫੁੱਟ, 4-4 ਫੁੱਟ ਡੂੰਘੇ ਬੋਰ ਨਾ ਕਰਨੇ ਪੈਂਦੇ, 25-25 ਫੁੱਟ ਤੇ ਪਾਣੀ ਮਰਦਾ ਸੀ ਮੇਰਾ ਸਾਹਿਬ, ਅੱਜ 2-2.5 ਫੁੱਟ ਤੇ ਮਰਦਾ ਸਿਰਫ ਇਹਨਾਂ ਦੇ ਕਾਰਗੁਜ਼ਾਰੀਆਂ ਕਰਕੇ। ਗੁਰਨੂਰ ਜੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਸਰ, ਰੌਲਾ ਪਾਉਣ ਨਾਲ ਮਸਲੇ ਦਾ ਹੱਲ ਨਹੀਂ ਹੁੰਦਾ, ਇਹਨਾਂ ਨੂੰ ਆਪਣੀ
ਘਰ ਵੀ ਦੇਖ ਲੈਣਾ ਚਾਹੀਦਾ। ਕਹਿੰਦੇ ਜਿਨ੍ਹਾਂ ਦਾ ਘਰ ਸ਼ੀਸ਼ੇ ਦਾ ਹੁੰਦਾ ਦੂਜੇ ਦੇ ਘਰ ਪੱਥਰ ਨਹੀਂ ਮਾਰਦੇ। ਬੀਜੇਪੀ ਵਾਲੇ ਨੇ ਬੜਾ ਜੋਸ਼ ਦਿਖਾਇਆ, ਜਿਹੜੇ ਪੰਜਾਬ ਦੇ ਪ੍ਰਭਾਰੀ ਲਗਾਏ ਗਏ ਕੈਪਟਨ ਅਭਿਮਨਿਉ ਜੀ, ਜੇ ਉਹਨਾਂ ਦਾ ਤੁਸੀਂ ਹਰਿਆਣਾ ਚ ਬਿਆਨ ਸੁਣੋ, ਉਹ ਠੋਕ ਕੇ ਕਹਿੰਦੇ ਕਿ ਜਿਹੜਾ ਪਾਣੀ ਅਸੀਂ ਲੈ ਕੇ ਰਵਾਂਗੇ, ਉਹ ਤਾਂ ਠੋਕ ਕੇ ਬਿਆਨ ਦਿੰਦੇ। ਅੱਜ ਇਹਨਾਂ ਨੂੰ ਪੰਜਾਬ ਦਾ ਪਾਣੀ ਨਾਲ ਬੜਾ ਪਿਆਰ ਹੋ ਗਿਆ। ਇਹ ਸਰ ਜਿਹੜੀਆਂ ਦੋਨੋਂ ਪਾਰਟੀਆਂ ਨਾ, ਰਵਾਇਤੀ ਪਾਰਟੀਆਂ ਕਾਂਗਰਸ ਹੋ ਗਈ, ਅਕਾਲੀ ਦਲ, ਬੀਜੇਪੀ ਹੋ ਗਈ, ਇਹਨਾਂ ਨੇ ਪਾਣੀਆਂ ਦੇ ਮੁੱਦਿਆਂ ਤੇ ਸਿਰਫ ਤੇ ਸਿਰਫ ਰਾਜਨੀਤੀ ਕੀਤੀ ਆ, ਸਿਰਫ ਚੰਦ ਵੋਟਾਂ ਕਰਕੇ। ਜੇ ਇਹਨਾਂ ਨੇ ਰਾਜਨੀਤੀ ਨਾ ਕੀਤੀ ਹੁੰਦੀ, ਕੋਈ ਕਦਮ ਚੁੱਕੇ ਹੁੰਦੇ, ਤੇ ਅੱਜ ਸਾਡਾ ਪਾਣੀ ਸਾਡੇ ਤੋਂ ਖੋਇਆ ਨਾ ਜਾਂਦਾ। ਹੁਣ ਸੁਪਰੀਮ ਕੋਰਟ ਵੱਲੋਂ ਵੀ ਫੈਸਲਾ ਆ ਗਿਆ ਅਗੇਂਸਟ ਪੰਜਾਬ, ਹਰਿਆਣਾ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ। ਕੋਈ ਸਟੇਟਮੈਂਟ ਆਈ ਹਰਸਿਮਰਤ ਬਾਦਲ ਦੀ ਜਾਂ ਸੁਖਬੀਰ ਬਾਦਲ ਦੀ ਜਾਂ ਇਹਨਾਂ ਦੇ ਬੀਜੇਪੀ ਦੇ ਕਿਸੇ ਪੰਜਾਬ ਦੇ ਲੀਡਰਸ਼ਿਪ ਦਾ? ਕੋਈ ਕਹਿੰਦੇ ਵੀ ਇਹਨਾਂ ਨੇ ਪੱਖ ਹੀ ਨਹੀਂ ਰੱਖਣਾ ਆਇਆ ਇਹਨਾਂ ਨੂੰ। ਉਹ ਸਰ ਗੱਲ ਪਤਾ ਕੀ ਹੈ ਵਿੱਚ ਆਪਣਾ ਪੱਖ ਹੀ ਨਹੀਂ ਸਹੀ ਰੱਖ ਸਕੇ? ਉਹ ਗੱਲ ਪਤਾ ਕੀ ਹੈ, ਹੁਣ ਜੋ ਮਰਜ਼ੀ ਕਹੀ ਜਾਣ, ਪਰ ਇਹਨਾਂ ਦਾ ਕੋਈ, ਜੇ ਇਹਨਾਂ ਨੂੰ ਇੰਨੇ ਪੰਜਾਬ ਦੇ ਪਾਣੀ ਸਰ, ਇਸ ਵੇਲੇ ਪੰਜਾਬ ਜਿਵੇਂ ਕਹਿ ਰਹੇ ਆ, ਐਸ ਪਰ ਨਾਸਾ ਆਫੀਸ਼ੀਅਲ ਰਿਪੋਰਟ ਦੱਸ ਰਿਹਾ, ਅਵਰ ਪੰਜਾਬ ਇਜ਼ ਇਨ ਰੈੱਡ ਜ਼ੋਨ। ਰੈੱਡ ਜ਼ੋਨ ਦਾ ਮਤਲਬ ਹੈ ਸਾਡਾ ਪੰਜਾਬ ਦਾ ਪਾਣੀ ਬਹੁਤ ਨੀਵੇਂ ਪੱਧਰ ਤੇ ਜਾ ਚੁੱਕਿਆ, ਤੇ ਆਉਣ ਵਾਲੇ 20-25 ਸਾਲਾਂ ਨੂੰ 15 ਲੱਖ ਅਪਰੋਕਸੀਮੇਟਲੀ ਪੰਪ ਲੱਗ ਚੁੱਕੇ ਆ। ਜੇ ਆਪਾਂ ਇਸੇ ਰਫਤਾਰ ਨਾਲ ਪਾਣੀ ਕੱਢਦੇ ਰਹੇ, ਸਾਡਾ ਪੰਜਾਬ 20-25 ਸਾਲਾਂ ਨੂੰ ਬੰਜਰ ਹੋ ਜਾਣਾ। ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ, ਇਹ ਸਿਰਫ ਰਾਜਨੀਤੀ ਕਰਦੇ ਆ। ਜੇ 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 ਇਹਨਾਂ ਨੂੰ ਇੰਨੀ ਹਮਦਰਦੀ ਹੁੰਦੀ, ਕਿਉਂ ਨਾ ਬੀਬੀ ਬਾਦਲ ਨੇ ਕਿਉਂ ਨਾ ਬਿਆਨ ਨਾ ਦਿੱਤਾ, ਜਿਹੜਾ ਫੈਸਲੇ ਦੇ ਖਿਲਾਫ ਆਇਆ ਸਾਡੇ, ਕਿਉਂ ਨੀ ਡਟ ਕੇ ਕੇਂਦਰ ਚ ਵਜ਼ੀਰ ਨੇ ਕਿਉਂ ਨੀ ਡਟ ਕੇ ਖੜਦੇ ਪੰਜਾਬ ਦੇ ਪਾਣੀਆਂ ਲਈ? ਗੰਨੂਰ ਜੀ ਇੱਕ ਮੈਂ ਕੌਸ਼ਿਕ ਤੁਹਾਡੇ ਕੋਲ ਦੁਬਾਰਾ ਨਾ, ਇੱਕ ਮਿੰਟ ਵਿਰੋਧ ਭਾਰਤੀ ਦੀ ਗੱਲ ਸੁਣੀ, ਕਿਉਂਕਿ ਉਹ ਕਾਂਗਰਸ ਇਸ ਵੇਲੇ ਪੰਜਾਬ ਦੇ ਵਿੱਚ ਸੱਤਾ ਚ ਨਹੀਂ ਔਰ ਕਾਂਗਰਸ ਦੇ ਹੀ ਸਾਰਾ ਜਿਹੜਾ ਸ਼ੁਰੂ ਤੋਂ ਠੀਕਰਾ ਭੰਨਿਆ ਜਾ ਰਿਹਾ। ਭਾਰਤੀ ਜੀ ਕੀ ਹਮੇਸ਼ਾ ਹੀ 72 ਸਾਲ ਹੋ ਗਏ ਆ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਹੁਣ ਤੱਕ, ਤੁਸੀਂ ਘੱਟੋ ਘੱਟ 50-55 ਸਾਲ ਦੇਸ਼ ਤੇ ਰਾਜ ਕੀਤਾ, ਤੇ ਤੁਹਾਨੂੰ ਇਹ ਨਹੀਂ ਸੀ ਪਤਾ ਵੀ ਪੰਜਾਬ ਦੇ ਵਿੱਚ ਇਸ ਸੂਬਿਆਂ ਦੇ ਵਿੱਚ ਨਾਲ ਗੁਆਂਢੀ ਸੂਬਿਆਂ ਦੇ ਵਿੱਚ ਪਾਣੀ ਦੀ ਕਿੱਲਤ ਹੋ ਜਾਏਗੀ? ਸਾਰਾ ਪਾਣੀ ਜਿਹੜਾ ਪਾਕਿਸਤਾਨ ਨੂੰ ਆਪਾਂ ਦੇਤਾ, ਉਹ ਨੀਤੀਆਂ ਸਹੀ ਸੀਗੀਆਂ, ਤੇ 50 ਸਾਲ ਵਿੱਚ ਵੀ ਤੁਸੀਂ ਕੁਛ ਨਹੀਂ ਕੀਤਾ? ਦੇਖੋ ਗਿੱਲ ਸਾਹਿਬ ਨੇ ਸ਼ੁਰੂ ਚ ਹੀ ਜੀ ਨਹਿਰੂ ਜੀ ਦੇ ਕੀਤੇ ਹੋਏ ਕਲੇਮ ਨੂੰ ਜਸਟੀਫਾਈ ਕੀਤਾ ਇਹਨਾਂ ਨੇ ਜੀ, ਕਿ ਵੀ ਆਪਣੀ ਜ਼ਮੀਨ ਜ਼ਿਆਦਾ ਇਰੀਗੇਸ਼ਨ ਲਈ ਦਿਖਾ ਕੇ ਜੀ, ਰਾਜਸਥਾਨ ਦਾ ਏਰੀਆ ਵੀ ਵਿੱਚ ਦਿਖਾ ਕੇ ਜ਼ਿਆਦਾ ਪਾਣੀ ਲਿੱਤਾ ਪਾਕਿਸਤਾਨ ਦੀ ਬਨਿਸਬਤ। 2 ਨਹਿਰਾਂ ਉੱਧਰ ਗਈਆਂ, 3 ਇੱਧਰ ਆ ਗਈਆਂ, 6 ਨਹਿਰਾਂ ਪੂਰਵੀ ਇੱਧਰ ਆ ਗਈਆਂ, ਦਰਿਆ ਜੀ 5 ਦਰਿਆ ਸੀ ਜਿਹੜੇ, 5 'ਚੋਂ 3 ਇੱਧਰ ਆ ਗਏ, 2 ਉੱਧਰ ਚਲੇ। ਔਰ ਉਸ ਤੋਂ ਬਾਅਦ ਜੀ ਐਗਰੀਕਲਚਰ ਜਿਹੜੀ ਜ਼ਿਆਦਾ ਹੁੰਦੀ ਸੀ ਉਹ ਪੰਜਾਬ 'ਚ ਹੀ ਹੁੰਦੀ ਸੀ, ਉਦੋਂ ਹਰਿਆਣਾ ਵੀ ਪੰਜਾਬ 'ਚ ਸੀ, ਰਾਜਸਥਾਨ 'ਚ ਤਾਂ ਉਦੋਂ ਐਗਰੀਕਲਚਰ ਸੀਗੀ ਨਹੀਂ, ਐਵੇਂ ਨਾਮ ਮਾਤਰ ਸੀ। ਉਹ ਪਾਣੀ ਕਿਹਦੇ ਲਈ ਲਿੱਤਾ ਗਿਆ? ਪੰਜਾਬ ਲਈ ਲਿੱਤਾ ਗਿਆ। ਤਾਂ ਉਸ ਤੋਂ ਬਾਅਦ ਜਿਹੜੀ ਹੁਣ ਇੰਦਰਾ ਗਾਂਧੀ ਜੀ ਨੂੰ ਇਹਨਾਂ ਨੇ ਭੰਡਿਆ ਵੀ ਉਹਨਾਂ ਨੇ ਸਾਡੇ ਨਾਲ ਵਿਤਕਰਾ ਕੀਤਾ। ਮੈਂ ਇੱਥੇ ਯਾਦ ਦਿਵਾਉਣਾ ਚਾਹੁੰਦਾ ਗਿੱਲ ਸਾਹਿਬ ਕਿ ਜਿਸ ਵਕਤ ਪੰਜਾਬ 'ਚ ਮੁੱਖ ਮੰਤਰੀ ਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਹਰਿਆਣੇ 'ਚ ਮੁੱਖ ਮੰਤਰੀ ਸਨ ਦੇਵੀ ਲਾਲ ਜੀ, ਦੇਵੀ ਲਾਲ ਜੀ ਤੋਂ ਨਹਿਰ ਵੱਟਣ ਲਈ ਰੁਪਈਏ ਲਿੱਤੇ ਗਏ ਪੰਜਾਬ ਸਰਕਾਰ ਨੇ, ਉਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਵੀ ਅਸੀਂ ਐਨੀ ਟਾਈਮ 'ਚ ਨਹਿਰ ਪੱਟ ਦਿਆਂਗੇ। ਤੇ ਉਹ ਉਸ ਵਕਤ ਤਾਂ ਉਹ ਆਪਸ 'ਚ ਸਮਝੌਤੇ ਕਰਦੇ ਰਹੇ, ਜਦੋਂ ਸੱਤਾ ਹੱਥੋਂ ਖਿਸਕ ਗਈ ਤਾਂ ਫਿਰ ਉਹਦੇ ਖਿਲਾਫ਼ ਮੋਰਚੇ ਲਾਉਣੇ ਸ਼ੁਰੂ ਕਰਤੇ। ਇਸ ਤੋਂ ਬਾਅਦ ਜਦੋਂ ਵੀ ਕੋਈ ਪੰਜਾਬ ਨੇ ਡਿਮਾਂਡ ਕੀਤੀ ਤਾਂ ਉਹ ਸੈਂਟਰ ਨੇ ਉਹਨੂੰ ਪੂਰੀ ਕੀਤਾ, ਚਾਹੇ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਡਿਮਾਂਡ ਕੀਤੀ, ਚਾਹੇ ਇਹਨਾਂ ਨੇ ਕੋਈ ਵੀ
ਐਗਰੀਕਲਚਰ ਇੰਪਲੀਮੈਂਟੇਸ਼ਨ ਵਾਸਤੇ ਕੋਈ ਡਿਮਾਂਡ ਕੀਤੀ? ਪਾਣੀ ਦੀ ਗੱਲ ਕਰੋ ਵੀ ਜਿਹੜੇ ਪਾਕਿਸਤਾਨ ਨੂੰ ਜਿਹੜਾ ਸੰਧੀ ਕੀਤੀ ਸੀ ਇੰਦਰਾ ਗਾਂਧੀ ਦੀ ਗੱਲ ਕਰ ਰਹੇ ਜਵਾਹਰ ਨਹਿਰੂ ਨੇ, ਉਹ ਗਲਤ ਹੋਈ ਕਿ ਸਹੀ ਹੋਈ? ਨਹੀਂ ਨਹੀਂ, ਇਹਨਾਂ ਨੇ ਆਪ ਹੀ ਜਸਟੀਫਾਈ ਕੀਤਾ ਵੀ ਉਹ ਸਹੀ ਹੋਈ ਵੀ ਜ਼ਿਆਦਾ ਏਰੀਆ ਦਿਖਾ ਕੇ ਜ਼ਿਆਦਾ ਪਾਣੀ ਲਿੱਤਾਂਗੇ। ਉਸ ਤੋਂ ਬਾਅਦ 50 ਸਾਲ ਕੀ ਕਰਦੇ ਰਹੇ? 50 ਸਾਲ ਕੋਈ ਵੀ ਉਹ ਬਿਨਾਂ ਵਾਧੂ ਪਾਣੀ ਜਾ ਰਿਹਾ ਸੀ ਜਿੰਨਾ ਸਾਨੂੰ ਚਾਹੀਦਾ ਸੀ। ਸਮੇਂ ਦੀ ਜਿਹੜੀ ਪੁਕਾਰ ਸੀਗੀ ਉਹ ਨਹੀਂ ਪੂਰੀ ਕੀਤੀ ਕਾਂਗਰਸ ਨੇ। ਚਲੋ ਮੈਂ ਗੱਲ ਕਰਦਾ, ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਕੌਸ਼ਿਕ ਜੀ ਕੀ ਕਹਿਣਾ ਚਾਹੁੰਦੇ? ਦੇਖੋ ਗੱਲ ਇਸ ਤਰ੍ਹਾਂ ਹੈ, ਵਿਨੋਦ ਜੀ ਮੇਰੇ ਬਹੁਤ ਸਤਿਕਾਰਤ ਨੇ, ਹਾਲਾਂਕਿ ਮੇਰੀ ਵਿਰੋਧੀ ਪਾਰਟੀ ਦੇ ਬੁਲਾਰੇ ਨੇ, ਮੇਰੇ ਸਤਿਕਾਰਤ ਨੇ, ਮੈਂ ਇਹਨਾਂ ਦੀ ਗੱਲ 'ਚ ਸ਼ੋਧ ਕਰਨਾ ਚਾਹੁੰਦਾ। ਇਹ ਕਹਿੰਦੇ ਨੇ ਜੀ ਇੰਦਰਾ ਗਾਂਧੀ ਨੇ ਜਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੱਧ ਏਰੀਆ ਦਿਖਾ ਕੇ ਪਾਣੀ ਵੱਧ ਲਿਆ। ਸਾਡਾ ਦੇਸ਼ ਵੀ ਵੱਡਾ ਸੀ, ਸਾਡੀ ਆਬਾਦੀ ਵੀ ਵੱਡੀ ਸੀ, ਸਾਡਾ ਏਰੀਆ ਵੀ ਵੱਡਾ ਸੀਗੇ, ਉਹਦੇ ਮੁਤਾਬਕ ਸਾਨੂੰ ਹੋਰ ਵੀ ਪਾਣੀ ਮਿਲਣਾ ਚਾਹੀਦਾ ਸੀ। ਵਿਨੋਦ ਜੀ ਇਸ ਚੀਜ਼ ਨਾਲ ਐਗਰੀ ਕਰਨਗੇ। ਦੂਸਰੀ ਗੱਲ ਜਿਹੜੀ ਆ, ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਕਾਂਗਰਸ ਪਾਰਟੀ ਨੇ 50 ਸਾਲ ਤੋਂ ਜ਼ਿਆਦਾ ਰਾਜ ਕੀਤਾ, ਕੋਈ ਕੰਮ ਨਹੀਂ ਕੀਤਾ। ਨਰਿੰਦਰ ਮੋਦੀ ਜੀ ਨੇ ਪਿਛਲੀ ਸਰਕਾਰ 'ਚ ਵੀ ਪਾਣੀਆਂ ਵਾਸਤੇ ਕੰਮ ਕੀਤਾ, ਹੁਣ ਗਜਿੰਦਰ ਸਿੰਘ ਸ਼ੇਖਾਵਤ ਜੀ ਨੂੰ ਜਲ ਸੰਸਾਧਨ ਮੰਤਰੀ ਬਣਾਉਂਦੇ ਸਾਰ ਹੀ ਉਹਨਾਂ ਨੇ ਇੱਕ ਰਾਈਪੇਰੀਅਨ ਲਾਅ ਦੇ ਤਹਿਤ ਕਹਿ ਦਿੱਤਾ ਵੀ ਅਸੀਂ ਪਾਣੀ ਜਿਹੜਾ ਪਾਕਿਸਤਾਨ ਨੂੰ ਨਹੀਂ ਦੇਣਾ, 20% ਪਾਣੀ ਪਾਕਿਸਤਾਨ ਦਾ ਬਣਦਾ, 80% ਹਿੰਦੁਸਤਾਨ ਦਾ, ਉੱਥੇ ਬੰਨ ਵੀ ਬਣਾਏ ਜਾਣਗੇ, ਪਾਣੀ ਡਾਇਵਰਟ ਵੀ ਕੀਤਾ ਜਾਊਗਾ, ਸਾਡੇ ਏਰੀਆ 'ਚ ਨੂੰ ਮਿਲੂਗਾ ਹਿੰਦੁਸਤਾਨੀਆਂ ਨੂੰ। ਇਹ ਵੀ ਇਹਨਾਂ ਨੂੰ ਜਾਣਕਾਰੀ ਮੇਰੇ ਖਿਆਲ ਹੋਏਗੀ ਕਿਉਂਕਿ ਸਰਕਾਰ ਨੇ ਅਨਾਊਂਸਮੈਂਟ ਕਰ ਦਿੱਤੀ ਹੈ। ਪਾਕਿਸਤਾਨ ਵੱਲ ਨੂੰ ਜਾ ਰਿਹਾ ਤੇ ਉਹਦੀ ਜੇ ਆਪਾਂ 1 ਰੁਪਿਆ ਲੀਟਰ ਵੀ ਲਾਈਏ ਨਾ ਕੀਮਤ, ਲਗਭਗ 4,000 ਤੋਂ ਲੈ ਕੇ 5,000 ਕਰੋੜ ਦਾ ਪਾਣੀ ਪਾਕਿਸਤਾਨ ਨੂੰ ਭੇਜਿਆ ਜਾ ਰਿਹਾ। ਜਦਕਿ ਇਸ ਵੇਲੇ ਪੰਜਾਬ ਦੇ ਹਾਲਾਤ ਕੀ ਹੈ? ਦੁਆਬੇ 'ਚ ਕੈਨਾਲ ਸੁੱਕੇ ਪਏ ਆ, ਮਾਝੇ 'ਚ ਕੈਨਾਲ ਸੁੱਕੇ ਪਏ ਆ, ਮਾਲਵੇ 'ਚ ਕੈਨਾਲ ਸੁੱਕੇ ਪਏ ਆ, ਫਾਜ਼ਿਲਕਾ 'ਚ 3-3, 4-4 ਕਿਲੋਮੀਟਰ ਪੈਦਲ ਜਾ ਕੇ ਲੋਕੀ ਪਾਣੀ ਭਰ ਕੇ ਆਉਂਦੇ ਆ। ਇਹ ਹਾਲਾਤ ਇਸ ਵੇਲੇ ਪੰਜਾਬ ਦੇ। ਪਰ ਇਹਨਾਂ ਤੋਂ ਪੁੱਛੋ ਜੀ ਅਨਾਊਂਸਮੈਂਟ ਕਰਤੀ ਜੀ ਸਟੇਜਾਂ ਤੇ, ਬਿਆਨ ਦੇ ਤੇ, ਉਹ ਗਰਾਊਂਡ ਲੈਵਲ ਤੇ ਤਾਂ ਦੇਖ ਲਓ ਲੋਕੀ ਮਰਦੇ ਪਏ ਆ, ਪਾਣੀ ਲਈ ਮਰਦੇ ਪਏ ਆ। 250-300 ਫੁੱਟ ਬੋਰ ਥੱਲੇ ਚਲਾ ਗਿਆ ਪਾਣੀ। ਜੇ ਉਹ ਵੀ ਪਾਣੀ ਹੁੰਦਾ ਸ਼ਾਇਦ ਫਤਿਹਵੀਰ ਵੀ ਬਚ ਜਾਂਦਾ ਜੇ ਆਪਾਂ ਆਪਣੇ ਪਾਣੀ ਨੂੰ ਬਚਾ ਕੇ ਰੱਖਿਆ ਹੁੰਦਾ। ਇਹਨਾਂ ਦੀ ਨਾਕਾਮੀ, ਇਹਨਾਂ ਦੀ ਨਲਾਇਕੀ ਆ। ਗੱਲ ਕਰ ਦੇਣਾ ਜੀ, ਨਹਿਰ ਪੁੱਟਣ ਦੇ ਪੈਸੇ ਲਏ ਆ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਉਹ ਪੈਸੇ ਹਰਿਆਣੇ ਨੂੰ ਵਾਪਸ ਕਰਤੇ ਆ, ਜਾਣਕਾਰੀ ਬਾਰੇ ਉਹਨਾਂ ਦਾ ਕਾਰਡ ਨਹੀਂ ਹੈ ਕਿਸੇ ਵੀ। ਦੂਸਰੀ ਗੱਲ ਕਿੱਥੇ ਵਾਪਸ ਕੀਤੇ? ਦੂਸਰੀ ਗੱਲ, ਇਹ ਗੱਲ ਕਰਦੇ ਨੇ ਪਾਣੀ ਸੁੱਕੇ ਪਏ ਨੇ, ਇਹ ਖਹਿਰਾ ਸਾਹਿਬ ਨੂੰ ਏਡਾ ਹੀ ਚਾਅ, ਏਡੀਆਂ ਗੱਲਾਂ ਹਰੀਕੇ ਪੱਤਣ ਤੇ, ਸਿਰਫ ਲਾਈਵ ਹੋਣ ਦਾ ਪਤਾ, ਹੋਰ ਕੁਝ ਨਹੀਂ ਪਤਾ। ਆਪਣੀ ਏ ਟੀਮ ਕਾਂਗਰਸ ਨੂੰ ਜਦੋਂ ਹੱਥਾਂ 'ਚ ਹੱਥ ਰੱਖ ਕੇ ਵਾਅਦੇ ਕਰਦੇ ਆ ਵੀ ਮੈਂ ਜਾ ਕੇ ਬੀਬਾ ਜੀ ਦੇ ਖਿਲਾਫ ਲੜਾਂਗਾ, ਇਹ ਗੱਲ ਕੈਪਟਨ ਸਾਹਿਬ ਆਪਣੀ ਏ ਟੀਮ ਨੂੰ ਕਿਉਂ ਨਹੀਂ ਸਮਝਾਉਂਦੇ? ਅੱਜ ਤਾਂ ਵਿਧਾਨ ਸਭਾ ਵਿੱਚ ਕਰਦੇ ਜਦੋਂ ਐਲਓਪੀ ਜੀ ਸੀਗੇ, ਇਹ ਮੁੱਦਾ ਸ਼ੁਰੂ ਤੋਂ ਪਾਣੀਆਂ ਦਾ ਖਹਿਰਾ ਸਾਹਿਬ ਨੇ ਚੱਕਿਆ, ਤੇ ਕੋਈ ਸ਼ੱਕ ਨਹੀਂ ਹੈ, ਮੈਂ ਸਹਿਮਤ ਹਾਂ। ਰਿਐਲਿਟੀ ਵਾਸਤੇ ਗੱਲ ਕਰਨਾ, ਇੱਕ ਗੱਲ ਮੈਂ ਕਹਿਣਾ ਚਾਹੁੰਦਾ, ਇਹਨਾਂ ਨੂੰ ਸ਼ਾਇਦ ਉਦੋਂ ਇਹਨਾਂ ਨੂੰ ਨਾ ਕਹਿੰਦੇ ਸੁੱਤੇ ਪਏ ਸੀ ਗਹਿਰੀ ਨੀਂਦ 'ਚ, ਇਹਨਾਂ ਨੂੰ ਉਠਾਇਆ ਵੀ ਖਹਿਰਾ ਸਾਹਿਬ ਤੇ ਬੈਂਸ ਸਾਹਿਬ ਨੇ ਜਦੋਂ ਵਿਧਾਨ ਸਭਾ 'ਚ ਉਹਨਾਂ ਨੇ ਮੁੱਦਾ ਚੱਕਿਆ ਕਿ ਜਿਹੜਾ 16 ਨਵੰਬਰ 2016 'ਚ ਮਤਾ ਪਾਸ ਕੀਤਾ ਸੀ ਕਿ ਜਿਹੜਾ ਆਪਾਂ ਰਾਇਲਟੀ ਲੈਣੀ ਆ ਰਾਜਸਥਾਨ ਤੋਂ 16 ਲੱਖ ਕਰੋੜ ਦੀ, ਉਹ ਇਹ ਸੁੱਤੀ ਪਈ ਸਰਕਾਰ, ਇਹਨਾਂ ਦੀ ਸਰਕਾਰ ਵਿੱਚ ਮਤਾ ਪਾਸ ਹੋਇਆ ਸੀ, ਅੱਜ ਤੱਕ ਕਿਉਂ ਨੀ ਰਾਇਲਟੀ ਲਈ ਗਈ? ਅਕਾਲੀ ਦਲ ਨੇ ਵੀ ਰਾਜ ਕੀਤਾ, ਹੁਣ ਕਾਂਗਰਸ ਸਿਰਫ ਬਲੇਮ ਗੇਮ ਨਾਲ ਪੰਜਾਬ ਨੀ ਬਚਣਾ, ਚਲੋ ਗਿੱਲ ਸਾਹਿਬ ਕਰਨੇ ਪੈਣੇ ਆ। ਹਾਂਜੀ, ਬਲੇਮ ਗੇਮ ਨਾਲ ਕਹਿੰਦੇ ਪੰਜਾਬ ਨਹੀਂ ਬਚਣਾ, ਕੰਮ ਕਰਨੇ ਪੈਣੇ। ਜਿਹੜੀ ਰਾਇਲਟੀ ਦੀ ਗੱਲ ਹੋਈ ਉਹ ਬਿਲਕੁਲ ਸਹੀ ਹੈ, ਬੈਂਸ ਨੇ ਵੀ ਇਹ ਜਵਾਬ ਦਿੱਤਾ ਸੀ, ਜਿਹੜੀ ਰਾਜਸਥਾਨ ਨੂੰ ਜਿਹੜੀ ਗੱਲ ਕੀਤੀ ਕਿਉਂ ਨੀ ਆਇਆ? ਜਿਹੜੀ ਮੇਰੀ ਗੱਲ ਨੂੰ ਜੀ
ਕਾਂਗਰਸ ਦੇ ਬੁਲਾਰਾ ਸਾਹਿਬ ਨੇ ਇਹ ਗੱਲ ਕਹੀ ਕਿ ਦੇਸ਼ ਅਸੀਂ ਨਹਿਰੂ ਜੀ ਦੀ ਕੰਟਰੀਬਿਊਸ਼ਨ ਮੰਨਦੇ ਸਟੇਟ ਲਈ, ਜੇਕਰ ਰਾਜਸਥਾਨ ਦਾ ਇਲਾਕਾ ਦਿਖਾ ਕੇ ਪਾਣੀ ਪੰਜਾਬ ਨੂੰ ਦਿੱਤਾ ਜਾਂਦਾ, ਲੇਕਿਨ ਰਾਜਸਥਾਨ ਦਾ ਇਲਾਕਾ ਦਿਖਾ ਕੇ ਪਾਕਿਸਤਾਨ ਤੋਂ ਪਾਣੀ ਲੈ ਕੇ ਪੰਜਾਬ ਦਾ 50% ਪਾਣੀ ਉਸ ਸਟੇਟ ਨੂੰ ਦਿੱਤਾ ਜਿਹਦਾ ਪੰਜਾਬ ਦੇ ਕਿਸੇ ਖੂਜੇ ਨਾਲ ਕੋਈ ਤਲਕ ਵਾਸਤਾ ਹੀ ਨਹੀਂ, ਜਿਹਦਾ ਪੰਜਾਬ ਦੇ ਪਾਣੀਆਂ ਦੇ ਉੱਤੇ ਇੱਕ ਕਿਉਂ ਦੇਖੋ ਤੁਸੀਂ ਬਿਹਾਰ ਦੇਖੋ ਸਾਡੇ ਨਾਲ ਕੀ ਹੋ ਰਿਹਾ। ਸਾਡਾ ਜਿਹੜਾ ਇਹਨਾਂ ਨੇ ਜਿਵੇਂ ਦੱਸਿਆ ਵੀ 1 ਲੀਟਰ ਦਾ ਜੇ 1 ਰੁਪਈਆ ਵੀ ਆਪਾਂ ਮੰਨ ਲਈਏ, ਪੰਜਾਬ ਦੇ 8.5 ਮਿਲੀਅਨ ਏਕੜ ਫੁੱਟ ਜਿਹਦੀ ਕੋਈ ਕੀਮਤ ਅਜੇ ਤੱਕ ਗਿਣੀ ਨਹੀਂ ਜਾ ਸਕੀ ਤੇ ਨਾ ਗਿਣੀ ਜਾ ਸਕਦੀ ਆ। ਉਹ ਪਾਣੀ ਪਿਛਲੇ 1950 ਤੋਂ ਲੈ ਕੇ ਨਹਿਰਾਂ ਬਣੀਆਂ ਨੇ ਦੋ, ਉਹ ਪਾਣੀ ਅੱਜ ਤੱਕ ਜਾ ਰਿਹਾ 17 ਸਾਲਾਂ 'ਚ। ਲੇਕਿਨ ਅਗਰ ਸਾਡੇ ਪੰਜਾਬ ਦੇ ਵਿੱਚ ਕਲਰ ਸੀ, ਇਹ ਜਿਹੜੇ ਖੇਤੀਬਾੜੀ ਵਾਲੇ ਜਾਣਦੇ ਨੇ ਭਾਈ ਉਹਨਾਂ ਨੂੰ ਪਤਾ ਕਿ ਪੰਜਾਬ 'ਚ ਕਲਰ ਸੀ, ਕਲਰ ਮਾਰਨ ਦੀ ਖਾਤਰ ਜਿਪਸਮ ਦੀ ਲੋੜ ਪੈਂਦੀ ਆ। ਜਿਪਸਮ ਇੱਕ ਮਿੱਟੀ ਹੈ ਪਹਾੜ ਦੀ, ਰਾਜਸਥਾਨ ਦੀ ਸਟੇਟ ਦੀ ਮਿੱਟੀ ਹੈ, ਉਹ ਮਿੱਟੀ ਸਾਨੂੰ ਮੁੱਲ ਮਿਲਦੀ ਆ, ਸਾਡਾ ਪਾਣੀ ਫ੍ਰੀ ਦਿੰਦੇ। ਇਹ ਤਾਂ ਗੱਲ ਆ ਸਰ, ਇਹਨਾਂ ਤੋਂ ਇਹ ਸਵਾਲ ਪੁੱਛੋ, ਦੋਨੋਂ ਪਾਰਟੀਆਂ ਤੋਂ, ਬੀਜੇਪੀ ਅਕਾਲੀ ਦਲ ਵੀ ਬੈਠਾ, ਕਾਂਗਰਸ ਵਾਲੇ ਬੈਠੇ ਆ, ਜਿਹੜਾ 16 ਨਵੰਬਰ 2016 ਨੂੰ ਮਤਾ ਪਾਸ ਕੀਤਾ ਗਿਆ ਸੀ, ਹਲੇ ਤੱਕ ਰਾਜਸਥਾਨ ਨੂੰ ਬਿੱਲ ਭੇਜਿਆ ਕਿਉਂ ਨਹੀਂ ਗਿਆ? ਅਰੇ ਫਰਵਰੀ ਵਿੱਚ ਗਿਆ, 2017 ਦੇ ਕਾਂਗਰਸ ਆ ਗਈ, ਅਸੀਂ ਤਾਂ ਬਾਹਰ ਹੋ ਗਏ ਸੱਤਾ ਤੋਂ। ਸਰ ਬਿੱਲ ਭੇਜਣ ਲਈ 2 ਸਾਲ ਚਾਹੀਦੇ ਆ, ਜਿਸ ਦਿਨ ਮਤਾ ਪਾਸ ਹੋਇਆ ਅਗਲੇ ਦਿਨ ਭੇਜ ਦਿੰਦੇ ਕਾਂਗਰਸ ਨੂੰ। ਪੁੱਛੋ ਸਰ, 2016 ਤੁਹਾਡੀ ਸਰਕਾਰ ਸੀ ਨਾ ਗੁਰਨੂਰ ਜੀ, ਤੁਹਾਡੀ ਪਾਰਟੀ ਕਦੀ ਸਰਕਾਰ ਸੀ? ਉਹ ਸਰ ਮੈਂ ਅਸੀਂ ਜਿੱਦਣ ਦੀ ਪੰਜਾਬੀ ਸੂਬਾ ਬਣਿਆ ਉਸ ਦਿਨ ਦੀ ਗੱਲ ਕਰ ਰਹੇ ਹਾਂ। ਉਹ ਇਹ ਹੈ ਕਿ ਪੰਜਾਬ ਜਿਹੜੇ ਪਾਣੀਆਂ ਦੇ ਮੁੱਦੇ ਹੁੰਦੇ ਨੇ ਇਹ ਕਿਸੇ ਕੋਰਟਾਂ ਦੇ ਵਿੱਚ ਨਹੀਂ ਜਾਂਦੇ, ਇਹ ਪਾਣੀਆਂ ਦੇ ਮੁੱਦਿਆਂ ਦੇ ਬਾਰੇ 'ਚ ਸੁਪਰੀਮ ਕੋਰਟ ਦੀ ਸੁਣਵਾਈ ਨਹੀਂ ਹੁੰਦੀ, ਪੰਜਾਬ ਦੇ ਮੁੱਦਿਆਂ 'ਚ ਹਾਈ ਕੋਰਟਾਂ ਦੀ ਸੁਣਵਾਈ ਨਹੀਂ ਹੁੰਦੀ। ਇਹਦੇ ਬਾਰੇ 'ਚ ਇੱਕ ਐਕਟ ਬਣਿਆ ਹੋਇਆ, ਉਹਦੇ ਵਿੱਚ ਟ੍ਰਿਬਿਊਨਲ ਬਣਦਾ, ਟ੍ਰਿਬਿਊਨਲ ਬਣਾਉਣਾ ਸੁਪਰੀਮ ਕੋਰਟ ਨੇ ਅਤੇ ਸੈਂਟਰ ਸਰਕਾਰ ਨੇ ਹੁੰਦਾ, ਟ੍ਰਿਬਿਊਨਲ ਅੱਜ ਤੱਕ ਨਹੀਂ ਬਣਿਆ, 70 ਸਾਲ ਹੋ ਗਏ ਆਜ਼ਾਦ ਹੋਇਆ ਨੂੰ। ਅਸੀਂ ਦੇਖੋ 13ਵੀਂ ਪੰਜਾਬ ਨਾਲ ਹੋਰ ਕੀ ਕੀਤੀ ਆ ਕਾਂਗਰਸ ਪਾਰਟੀ ਨੇ। ਮੈਂ ਝੂਠਾ ਕਹਿ ਦਿੰਦਾ ਕਿ ਮਹਿਰਾ ਸਾਹਿਬ ਦੇ ਇਸ ਰੂਮ ਦੇ ਵਿੱਚ ਮੇਰਾ 50% ਆ, ਗੁਰਨੂਰ ਜੀ ਹੁਣ ਜੱਜ, ਗੁਰਨੂਰ ਜੀ ਹੁਣ ਸੁਪਰੀਮ ਕੋਰਟ ਦੇ ਜੱਜ, ਗੁਰਨੂਰ ਜੀ ਹੁਣ ਕਹਿਣ, ਕੰਧ ਪਹਿਲਾਂ ਕਰੋ, ਮਾਲਕੀ ਬਾਅਦ 'ਚ ਦੇਖਾਂਗੇ ਇਕਬਾਲ ਸਿੰਘ ਦੀ ਹੈਗੀ ਕਿ ਨਹੀਂ। ਸਾਡੇ ਨਾਲ ਇਹੋ ਜਿਹੀ 13ਵੀਂ ਹੋਈ ਹੈ, ਅਸੀਂ ਕਹਿੰਦੇ ਹਾਂ ਮਹਿਰਾ ਸਾਹਿਬ ਕਹਿਣ ਕਿ ਇਕਬਾਲ ਸਿੰਘ ਦੀ ਪਹਿਲਾਂ 'ਚ ਮਾਲਕੀ ਦੇਖ ਲਓ ਹੈਗੀ ਕਿ ਨਹੀਂ ਹੈਗੀ, ਜੇ ਤਾਂ ਹੈਗੀ ਕੰਧ ਕਰ ਲਓ, ਜੇ ਮਾਲਕੀ ਹੋਈ ਹੈ ਨਹੀਂ ਤਾਂ ਕਿਸ ਗੱਲ ਦੀ ਕੰਧ। ਸਾਡੇ ਨਾਲ ਇਹੀ 13ਵੀਂ ਹੋਈ ਆ ਸੈਂਟਰ 'ਚੋਂ ਸਰਕਾਰ ਕਾਂਗਰਸ ਦੀ। ਜਿਹੜੀ ਗੱਲ ਸਰਦਾਰ ਇਕਬਾਲ ਸਿੰਘ ਹੋਣਾ ਨੇ ਪਹਿਲਾਂ ਕਹੀ, ਮੁੜ ਕੇ ਫਿਰ ਉਹੀ ਗੱਲ ਕੀਤੀ। ਗੱਲ ਜਿਹੜੀ ਹੈ ਪਹਿਲਾਂ ਇਹਨਾਂ ਨੇ ਜਿਹੜੀ ਕਹੀ ਉਹਦਾ ਜਵਾਬ ਇਹਨਾਂ ਨੇ ਦੂਸਰੀ ਗੱਲ 'ਚ ਆਪ ਦਿੱਤਾ। ਦੇਖੋ ਜਿੱਥੋਂ ਤੱਕ ਕਾਂਗਰਸ ਨੂੰ ਐਲੀਗੇਟ ਕਰਨਾ ਵੀ ਕਾਂਗਰਸ ਦਾ ਦੀ ਪਾਣੀਆਂ ਨਾਲ ਹਮਦਰਦੀ ਨਹੀਂ, 2002 ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ, ਉਹਨਾਂ ਨੇ ਅਗਲੇ ਪਿਛਲੇ ਸਾਰੇ ਫੈਸਲੇ ਰੱਦ ਕਰਤੇ, ਆਪਣੀ ਹਾਈ ਕਮਾਂਡ ਨੂੰ ਨਾਰਾਜ਼ ਕਰ ਲਿਆ। ਇਹ ਵੀ ਫੈਸਲਾ ਕੱਢ ਦੇਣਾ ਮੈਂ ਸਾਫ਼, ਹਾਈ ਕਮਾਂਡ ਨੂੰ ਆਪਣੇ ਨਾਲ ਨਾਰਾਜ਼ ਕਰ ਲਿਆ, ਔਰ ਉਹਨਾਂ ਨੇ ਇਹ ਗੱਲ ਕਹੀ ਕਿ ਮੈਨੂੰ ਆਪਣੀ ਮਾਂ ਦੇ ਦੁੱਧ ਨਾਲੋਂ ਪੰਜਾਬ ਦਾ ਪਾਣੀ ਪਿਆਰਾ, ਮੈਂ ਪੰਜਾਬ ਦਾ ਪਾਣੀ ਕਿਤੇ ਬਾਹਰ ਨਹੀਂ ਜਾਣ ਦੇਣਾ। ਇਹ ਆਪਾਂ ਕਿੱਦਾਂ ਕਲੇਮ ਕਰ ਸਕਦੇ ਹਾਂ ਵੀ ਕਾਂਗਰਸ ਨੇ ਇਹਦੇ ਲਈ ਕੋਈ ਕੰਮ ਨਹੀਂ ਕੀਤਾ? ਇਤਿਹਾਸ ਬੋਲਦਾ,
ਨਹੀਂ ਨਹੀਂ ਉਹ ਦੇਖੋ ਗੱਲ ਇਹ ਇਤਿਹਾਸ ਤਾਂ ਆਪਾਂ ਹੀ ਬਣਾਉਣਾ ਨਾ ਇਤਿਹਾਸ ਤਾਂ ਅਪੋਜੀਸ਼ਨ ਨੇ ਬਣਾਉਣਾ ਕਿਤੇ ਉਹਨਾਂ ਨੇ ਬਣਾਉਣਾ ਜਿਹੜਾ ਜਿਹੜੇ ਪਾਣੀ ਜਿਹੜੇ ਰਾਜਾ ਸਾਹਿਬ ਦੇ ਕੈਪਟਨ ਦੇ ਰਾਜ ਦੇ ਵਿੱਚ ਹੀ ਗੱਲ ਕਰਦੇ ਆ ਨਾ ਐਕਟ ਬਣਿਆ ਪਾਣੀ ਐਕਟ ਬਣਿਆ ਉਹਦੀ ਗੱਲ ਵੀ ਮੈਂ ਕਲੀਅਰ ਕਰ ਦੇਵਾਂ ਉਸ ਐਕਟ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਆਪਣੀ ਪੁਰਾਣੀ ਨੀਤੀ ਦੇ ਹਿਸਾਬ ਨਾਲ ਹੀ ਪੰਜਾਬ ਨਾਲ ਫਿਰ ਧੱਕਾ ਕਰਤਾ ਉਹ ਧੱਕਾ ਇਹ ਕਰਤਾ ਕਿ ਜਿਸ ਦਿਨ ਅਸੀਂ ਐਕਟ ਪਾਸ ਕਰਦੇ ਹਾਂ ਉਸ ਦਿਨ ਤੱਕ ਜੋ ਪਾਣੀ ਪੰਜਾਬ ਰਾਜਸਥਾਨ ਨੂੰ ਜੋ ਪਾਣੀ ਹਰਿਆਣੇ ਨੂੰ ਜਾ ਰਿਹਾ ਉਹ ਪਾਣੀ ਐਜ਼ ਇਟ ਇਜ਼ ਜਾਣਗੇ ਅੱਜ ਤੋਂ ਬਾਅਦ ਜਿਹੜਾ ਪਾਣੀ ਬਚਿਆ ਹੋਇਆ ਉਹਦੇ ਵਿੱਚ ਸੈਕਸ਼ਨ ਜਿਹੜਾ 5 ਹੈ ਉਹਦੇ ਮੁਤਾਬਕ ਪਾਣੀ ਨਹੀਂ ਜਾਣਗੇ ਦੈਟ ਮੀਨਸ ਜਿਹੜੇ ਜਿਹੜੇ ਪਾਣੀ ਇਲੀਗਲ ਜਾ ਰਹੇ ਨੇ ਉਹਨਾਂ ਦੇ ਉੱਤੇ ਬੋਰ ਲਾਤੀ ਕੱਢਿਆ ਕੀ ਅਸੀਂ ਉਹਦਾ ਕਲੇਮ ਉਹਦਾ ਕੱਢਿਆ ਕੀ ਅਸੀਂ ਜਿਹੜਾ ਅਸੀਂ ਪੰਜਾਬ ਦੇ 17 ਮਿਲੀਅਨ ਏਕੜ ਫੁੱਟ ਚੋਂ 8.5 ਉਹ ਲੈ ਰਹੇ ਨੇ 3.5 ਉਹ ਲੈ ਰਹੇ ਨੇ ਜਿਹੜਾ 12-17 ਦੇ ਵਿੱਚੋਂ 12 ਜਾ ਰਿਹਾ ਅਸੀਂ ਕਹਿ ਰਹੇ ਉਹ 12 ਨਜਾਇਜ਼ ਜਾ ਰਿਹਾ ਲੇਕਿਨ ਇਹਨਾਂ ਦੀ ਪਾਰਟੀ ਨੇ ਮੋਹਰ ਲਾਤੀ ਕਿ ਉਹ 12 ਜਾਊ ਜਿਹੜਾ ਬਾਕੀ ਬਚਦਾ 5 ਆ ਉਹਦੇ ਬਾਰੇ ਚ ਨਹੀਂ ਜਾਊਗਾ ਜੇ 12 ਕਿਉਂ ਜਾਊ ਅਸੀਂ ਤਾਂ ਕਹਿੰਦੇ ਉਹ 12 ਗਲਤ ਹੈ ਇੱਕ ਗੱਲ ਕਹਿਣਾ ਚਾਹੁੰਦਾ ਨਹੀਂ ਕਾਂਗਰਸ ਨੂੰ ਪੁੱਛੋ ਇਹ ਕਾਂਗਰਸ ਨੇ ਤਾਂ ਰਪੇਰੀਅਨ ਲੋ ਦੀ ਤੇ ਤਜੀਆ ਉਡਾਈ ਦਿੱਤੀ ਆ ਸਾਰਿਆਂ ਨੂੰ ਪਤਾ ਹੁਣ ਜਿਵੇਂ ਕਾਂਗਰਸ ਦੇ ਬੜੇ ਸਤਿਕਾਰਯੋਗ ਨੇ ਸੀਨੀਅਰ ਨੇ ਇਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਪਾਣੀਆਂ ਲਈ ਮਰਦੇ ਪਏ ਆ ਲੜਦੇ ਪਏ ਆ ਹੁਣੇ ਪਿਛਲੇ  2 ਹਫ਼ਤੇ ਪਹਿਲਾਂ ਜਿਹੜਾ ਫੈਸਲਾ ਆਇਆ ਸੁਪਰੀਮ ਕੋਰਟ ਦਾ ਇਹ ਜਿਹੜਾ ਹਰਿਆਣਾ ਦੇ ਪੱਖ 'ਚ ਆਇਆ ਅੱਜ ਤੱਕ ਸੀਐਮ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਉਹਦੇ 'ਤੇ ਕਿਉਂ ਨਹੀਂ ਆਇਆ ਜੇ ਇਹਨਾਂ ਨੂੰ ਇੰਨੀ ਹਮਦਰਦੀ ਆ ਪੰਜਾਬ ਦੇ ਪਾਣੀਆਂ ਦੀ ਜਿਹੜਾ ਸਾਡੇ ਖਿਲਾਫ਼ ਫੈਸਲਾ ਆਇਆ ਸੀਐਮ ਸਾਹਿਬ ਨੇ ਹਲੇ ਤੱਕ ਉਸ ਚੀਜ਼ ਦਾ ਬਿਆਨ ਕਿਉਂ ਨਹੀਂ ਦਿੱਤਾ ਪੰਜਾਬ ਦੇ ਉੱਤੇ ਪਾਣੀਆਂ ਦਾ ਹੱਕ ਹੈ ਪੰਜਾਬ ਕੋਈ ਕਬੂਲ ਨਹੀਂ ਉਹ ਸਾਡੀ ਪਾਰਟੀ ਇਹ ਕਹਿ ਰਹੀ ਹੈ ਕਿ ਟ੍ਰਿਬਿਊਨਲ ਫੈਸਲਾ ਕਰੇ ਕਿ ਹਰਿਆਣੇ ਦਾ ਹੱਕ ਬਣਦਾ ਵੀ ਆ ਕਿ ਨਹੀਂ ਜਦੋਂ ਹੱਕ ਨਹੀਂ ਬਣਦਾ ਤੇ ਨਹਿਰ ਕਿੱਥੋਂ ਜੱਜ ਸਾਹਿਬ ਪਤਾ ਕੀ ਕਹਿ ਰਹੇ ਨੇ ਜੱਜ ਸਾਹਿਬ ਕਹਿੰਦੇ ਨਹਿਰ ਪਹਿਲਾਂ ਬਣਾਓ ਪੰਜਾਬ ਤੇ ਖਾਸ ਕਰਕੇ J&K ਰਾਜਸਥਾਨ ਨੂੰ ਮਿਲਣ ਜਾ ਰਿਹਾ ਉਹਦੇ ਬਾਰੇ ਤੁਸੀਂ ਸਹਿਮਤ ਹੋ ਵਾਕਈ ਇਹ ਜਿਹੜਾ ਪਾਣੀ ਵਾਧੂ ਜਾ ਰਿਹਾ ਪਾਕਿਸਤਾਨ ਨੂੰ ਜਿਹੜਾ ਜਾ ਰਿਹਾ ਕਿਉਂਕਿ ਪਾਕਿਸਤਾਨ ਦੇ ਅੰਦਰ ਜਿਹੜੇ ਗਰਮ ਖਿਆਲੀ ਲੋਕ ਨੇ ਚਾਹੇ ਉਹ ਅੱਤਵਾਦ ਨਾਲ ਸੰਗਠਨ ਨਾਲ ਸੰਬੰਧਿਤ ਆ ਉਹ ਹਮੇਸ਼ਾ ਕਹਿੰਦੇ ਨੇ ਵੀ ਅਸੀਂ ਅਗਰ ਸਾਡੇ ਪਾਕਿਸਤਾਨ ਨੂੰ ਪਾਣੀ ਆ ਰਿਹਾ ਜਿਹੜਾ ਉਹ ਬੰਦ ਕੀਤਾ ਜਾਏਗਾ ਤੇ ਅਸੀਂ ਭਾਰਤ ਨਾਲ ਇੱਟ ਨਾਲ ਇੱਟ ਪਜਾ ਦਾਂਗੇ ਕੀ ਵਾਕਈ ਇਹ ਇਹਦੇ ਤੇ ਕੋਈ ਇਫੈਕਟ ਪਏਗਾ ਸਭ ਤੋਂ ਪਹਿਲੀ ਗੱਲ ਇਹ ਹਾਂਜੀ ਕੌਸ਼ਿਕ ਸਰ ਇੱਟ ਨੈਟ ਉਹਨਾਂ ਨੇ ਕੀ ਵਜਾਣੀ ਹੈ ਇੱਟ ਨੈਟ ਉਹਨਾਂ ਦੀ ਆਪਣੀ ਵੱਜੀ ਪਈ ਹੈ ਇਮਰਾਨ ਖਾਨ ਜੀ ਜਿਹੜੇ ਆ ਇਹਨਾਂ ਦੇ ਜਿਹੜੇ ਪਰਮ ਮਿੱਤਰ ਨੇ ਇਹਨਾਂ ਦੇ ਸਿੱਧੂ ਸਾਹਿਬ ਦੇ ਉਹ ਸ਼ਰਤਾਂ ਛੱਡ ਕੇ ਚਰਨਾਂ 'ਚ ਲਿਟੀ ਜਾਂਦੇ ਆ ਵੀ ਅਸੀਂ ਏਅਰ ਸਪੇਸ ਖੋਲ੍ਹ ਦਿੰਦੇ ਹਾਂ ਮੋਦੀ ਜੀ ਇੱਥੋਂ ਕਿਰਗਿਸਤਾਨ ਚਲੇ ਜਾਣ ਆ ਕੇ ਮੋਦੀ ਜੀ ਗੱਲ ਕਰਨ ਉਹਨਾਂ ਦੀ ਆਪਣੀ ਇੰਟਰਨੈਟ ਖੜਕੀ ਪਈ ਉਹਨੇ ਸਾਡੀ ਕੀ ਖੜਕਾਉਣੀ ਹੈ ਮੋਦੀ ਜੀ ਨੇ ਸਾਹਿਬ ਦੇ ਗਲਿਆਰੇ ਦੀ ਗੱਲ ਚੱਲ ਰਹੀ ਉਹ ਇੱਕ ਵਧੀਆ ਗੱਲ ਆ ਇੱਕ ਉਹ ਵਧੀਆ ਉਪਰਾਲਾ ਉਹਦੇ ਬਾਰੇ ਨਹੀਂ ਉਹ ਆਪਾਂ ਉਹਨਾਂ ਨੂੰ ਕਹਿ ਸਕਦੇ ਉਹ ਦੇਖ ਉਹਨਾਂ ਦੀ ਅੱਛਾ ਪ੍ਰਯਾਸ ਆ ਇੱਧਰ ਸਿੱਧੂ ਸਾਹਿਬ ਦਾ ਜਿਹੜਾ ਮੁੱਦਾ ਹੈ ਇੱਕ ਧਾਰਮਿਕ ਮੁੱਦਾ ਆਪਾਂ ਪਾਣੀਆਂ ਦੀ ਗੱਲ ਕਰ ਰਹੇ ਹਾਂ ਮੈਂ ਥੋੜੀ ਜਿਹੀ ਲੀਗਲੀ ਗੱਲ ਸਾਫ਼ ਕਰ ਦਿਆਂ ਪਾਣੀਆਂ ਦੀਆਂ ਗੱਲਾਂ ਦੇ ਵਿੱਚ ਉਹਨਾਂ ਨੂੰ 20% ਪਾਣੀ ਮਿਲਣਾ ਚਾਹੀਦਾ ਸਾਡੇ ਪਾਣੀ ਚੋਂ ਉਹਨਾਂ ਨੂੰ ਖੁੱਲੇ ਗੱਫੇ ਜਾ ਰਹੇ ਨੇ ਉਹਦੇ ਤੇ ਮੋਦੀ ਜੀ ਨੇ ਗਜੇਂਦਰ ਸ਼ੇਖਾਵਤ ਜੀ ਨੂੰ ਕਹਿਤਾ ਵੀ ਇਹਦੇ ਤੁਸੀਂ ਬੰਨ ਬਣਾ ਕੇ ਇਹ ਪੰਜਾਬ ਨੂੰ ਪਾਣੀ J&K ਨੂੰ ਰਾਜਸਥਾਨ ਨੂੰ ਦਿੱਤਾ ਜਾਵੇ ਅਸੀਂ ਤਾਂ ਪਿਆਸੇ ਮਰ ਰਹੇ ਹਾਂ ਪਾਕਿਸਤਾਨ 'ਚ ਪਾਣੀ ਜਾ ਰਿਹਾ ਟਾਈਮ ਬਾਉਂਡ ਪੁੱਛੋ ਕਦੋਂ ਤੱਕ ਹਾਂਜੀ ਭਾਰਤ ਜੀ ਲਾਸਟ ਦੱਸੋ ਜਿਸ ਤਰ੍ਹਾਂ ਮੇਰੇ ਛੋਟੇ ਵੀਰ ਕੌਸ਼ਿਕ ਜੀ ਨੇ ਗੱਲ ਕਹੀ ਹੈ ਜੇਕਰ ਮੋਦੀ ਸਾਹਿਬ ਦੀ ਕਥਨੀ ਔਰ ਕਰਨੀ 'ਚ ਫਰਕ ਨਹੀਂ ਹੈ
ਤਾਂ ਪਾਕਿਸਤਾਨ ਜਾਣ ਵਾਲਾ ਪਾਣੀ ਜਿੰਨੀ ਜਲਦੀ ਹੋ ਸਕਦਾ ਉਹ ਰੋਕ ਲੈਣ, ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ, ਉਹਨਾਂ ਨੂੰ ਅਸੀਂ ਵੈਲਕਮ ਕਰਾਂਗੇ। ਲੇਕਿਨ ਲੇਕਿਨ ਹੁਣ ਤੱਕ ਸੁਣੋ ਸੁਣੋ ਇੱਕ ਮਿੰਟ ਲਈ ਸੁਣੋ, ਹੁਣ ਤੱਕ ਤਾਂ ਉਹਨਾਂ ਦੀ ਕਥਨੀ ਔਰ ਕਰਨੀ 'ਚ ਫਰਕ ਹੀ ਰਿਹਾ, ਕਦੀ ਕਹਿ ਕੇ ਉਹਨਾਂ ਨੇ ਕੋਈ ਕੰਮ ਕੀਤਾ ਨਹੀਂ। ਕਿਉਂਕਿ ਚਾਹੇ ਤੁਸੀਂ ਰਾਮ ਮੰਦਿਰ ਦਾ ਮੁੱਦਾ ਲਾ ਲਓ, ਚਾਹੇ ਕਸ਼ਮੀਰ ਦਾ ਮੁੱਦਾ ਲਾ ਲਓ, ਕੋਈ ਮੁੱਦਾ ਲਾ ਲਓ, ਕਦੀ ਉਹਨਾਂ ਨੇ ਗੱਲਾਂ ਹੀ ਕੀਤੀਆਂ ਹੁਣ ਤੱਕ ਤਾਂ? ਜੇ ਉਹ ਪ੍ਰੈਕਟੀਕਲ ਕੀਤਾ ਕਿਸੇ ਨੇ ਅੱਜ ਤੱਕ, ਤਾਂ ਮੇਰਾ ਖਿਆਲ ਹੈ ਜਾਂ ਸਰਦਾਰ ਬੇਅੰਤ ਸਿੰਘ ਨੇ ਕੀਤਾ ਜਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਚਲੋ ਆਪਾਂ ਹੁਣ ਆਉਣ ਵਾਲੇ ਸਮੇਂ 'ਚ ਦੇਖਾਂਗੇ ਵੀ ਨਰਿੰਦਰ ਮੋਦੀ ਦੀ ਕਥਨੀ ਔਰ ਕਰਨੀ 'ਚ ਕਿੰਨਾ ਫਰਕ ਹੈ ਕਿ ਨਹੀਂ ਫਰਕ, ਕਿ ਵਾਕਈ ਉਹ ਜੋ ਕਹਿੰਦੇ ਨੇ ਉਹ ਪੂਰਾ ਕਰ ਪਾਉਣਗੇ ਕਿ ਨਹੀਂ ਪੂਰਾ ਕਰ ਪਾਉਣਗੇ, ਕਿਉਂਕਿ 370 ਧਾਰਾ 35A ਦਾ ਮੁੱਦਾ ਵੀ ਹਾਲੇ ਪੈਂਡਿੰਗ ਪਿਆ, ਕਿਉਂਕਿ ਠੋਕ ਕੇ ਉਹਨਾਂ ਨੇ ਕਿਹਾ ਸੀ ਅਸੀਂ ਹਟਾਵਾਂਗੇ। ਤੀਸਰਾ ਜੇ ਪਾਕ ਨੂੰ ਜਾਣ ਵਾਲੇ ਪਾਣੀ ਦਾ ਮੁੱਦਾ, ਉਹ ਤਿੰਨ ਮੁੱਦੇ ਇਹੋ ਨੇ ਇਸ ਦੇਸ਼ ਲਈ ਜਿਹੜੇ ਖਾਸ। ਮੈਂ ਦੂਸਰੇ ਮੁੱਦੇ ਤੇ ਗੱਲ ਕਰਦਾ ਕਿਉਂਕਿ ਇਸ ਮੁੱਦੇ ਤੇ ਚਰਚਾ ਬਹੁਤ ਹੋ ਚੁੱਕੀ ਹੈ, ਇਹਦਾ ਬਾਅਦ ਚ ਅਸੀਂ ਮੇਰਾ ਸਾਨੂੰ ਛੋਟੀ ਜਿਹੀ ਗੱਲ ਇੱਕ ਮੈਂ ਕਲੀਅਰ ਕਰ ਦਵਾਂ, ਉਹ ਇਹ ਹੈ ਕਿ ਜਿਹੜਾ ਪਾਣੀ ਅੱਜ ਤੱਕ ਪੰਜਾਬ ਪਾਕਿਸਤਾਨ ਨੂੰ ਜਾ ਰਿਹਾ ਨਾ ਜੀ, ਉਹ ਅਸੀਂ ਜਦੋਂ ਜਲ ਸੰਧੂ ਸਮਝੌਤਾ ਹੋਇਆ ਉਸ ਵਕਤ ਵੀ ਪੰਜਾਬ ਉਹਨਾਂ ਨੇ ਮੰਗ ਉਠਾਈ ਸੀ ਵੀ ਇਹ ਪਾਣੀ ਨੂੰ ਐਜ਼ ਇਟ ਇਜ਼ ਆਉਣ ਦਿੱਤਾ ਜਾਵੇ। ਉਸ ਵਕਤ ਕਿ ਸਾਡੀ ਸਰਕਾਰ ਨੇ, ਭਾਰਤ ਸਰਕਾਰ ਨੇ ਇਹ ਪਾਣੀ ਦਾ ਮੁੱਲ ਦੇ ਚੁੱਕੇ ਹਾਂ ਅਸੀਂ ਪੰਜਾਬ ਨੂੰ, ਪਾਕਿਸਤਾਨ ਨੂੰ। ਇਹ ਪਾਣੀ ਜੇਕਰ ਜਾ ਰਿਹਾ ਤਾਂ ਸਾਡੀ, ਇਹ ਸਾਡਾ ਪਾਣੀ ਆ, ਸਾਡੀ ਅਣਗਹਿਲੀ ਆ, ਉਹਨਾਂ ਦਾ ਇਹ ਕੋਈ ਤਲਕ ਨਹੀਂ ਹੈ, ਇਹ ਸਾਡਾ ਪਾਣੀ ਹੈ, ਇਹ ਉਹਨਾਂ ਦਾ ਕੋਈ ਤਲਕ ਨਹੀਂ, ਸਾਡੇ ਦੇਸ਼ ਦਾ ਪਾਣੀ ਹੈ, ਬਟਵਾਰੇ ਵਾਲੀ ਕੋਈ ਗੱਲ ਨਹੀਂ, ਬਟਵਾਰਾ ਆਲਰੇਡੀ ਹੋ ਚੁੱਕਾ। ਇਹ ਬਹੁਤ ਅੱਛੀ ਗੱਲ ਹੈ ਜੇ ਸ਼ਾਹਪੁਰ ਕੰਡੀ ਡੈਮ ਅਗਰ ਜਲਦੀ ਤੋਂ ਜਲਦੀ ਇਹ ਪ੍ਰੋਜੈਕਟ ਪੂਰਾ ਹੋ ਜਾਏ, ਔਰ ਸਾਡੇ ਪੰਜਾਬ 'ਚ ਜਿੱਦਾਂ ਕਿ ਦੇਖ ਰਹੇ ਅਸੀਂ ਪਿਆਸਲੇ 200 ਫੁੱਟ ਤੋਂ ਵੀ ਥੱਲੇ ਪਾਣੀ ਜਾ ਚੁੱਕਾ ਹੈ, ਔਰ ਸਾਡੇ ਜਿਹੜੇ ਖੇਤ ਵੀ ਆ ਉਹ ਵੀ ਜਿਹੜੇ ਰਾਜਸਥਾਨ ਬਣਨ ਨੂੰ ਜਾ ਰਹੇ ਨੇ ਤਿਆਰ ਨੇ, ਕਿਉਂਕਿ ਪਾਣੀ ਨਹੀਂ ਮਿਲ ਰਿਹਾ, ਪੈਦਾਵਾਰ ਵੀ ਘੱਟ ਰਹੀ ਹੈ, ਔਰ ਸਾਨੂੰ ਉਮੀਦ ਹੈ ਵੀ ਜਲਦੀ ਜਲਦੀ ਜਿਹੜਾ ਡੈਮ ਬਣੇ। ਅਤੇ ਦੂਸਰੀ ਗੱਲ ਜਿਹੜਾ ਦੂਜਾ ਮੁੱਦਾ ਹੈ ਉਹ ਮੁੱਦਾ ਹੈ ਨਵਜੋਤ ਸਿੰਘ ਸਿੱਧੂ ਦਾ, ਬਹੁਤ ਗਰਮ ਮੁੱਦਾ ਇਸ ਵੇਲੇ, ਖਾਸ ਕਰਕੇ ਜਿਹੜੇ ਨੈਸ਼ਨਲ ਲੈਵਲ 'ਤੇ ਉਹਨਾਂ ਨੇ ਆਪਣੇ ਪੂਰੇ ਸਟਾਰ ਪ੍ਰਚਾਰਕ ਰਹੇ ਨੇ, ਔਰ ਸਪੋਰਟਸਮੈਨ ਹੀ ਨਹੀਂ, ਉਹਨਾਂ ਨੇ ਰਾਜਨੀਤੀ ਵਿੱਚ ਵੀ ਬਹੁਤ ਆਪਣਾ ਵੱਡਾ ਕੱਦ ਕੀਤਾ। ਇਸ ਵੇਲੇ ਉਹਨਾਂ 'ਤੇ ਗਾਜ ਇਹ ਗਿਰੀ ਹੋਈ ਹੈ ਕਿ ਉਹ ਕਾਂਗਰਸ ਦੇ ਵਿੱਚ ਜਿਹੜਾ ਉਹਨਾਂ ਨੂੰ ਦੂਸਰਾ ਮੰਤਰਾਲਿਆ ਦਿੱਤਾ ਗਿਆ, ਲੋਕਲ ਬਾਡੀ ਤੋਂ ਪਾਵਰ ਮਿਨਿਸਟਰ ਬਣਾਇਆ ਗਿਆ, ਕੀ ਉਹ ਪਾਵਰ ਮਿਨਿਸਟਰੀ ਲੈਣਗੇ ਕਿ ਜਾਂ ਫਿਰ ਕਾਂਗਰਸ ਹੀ ਛੱਡਣਗੇ? ਕਿਉਂਕਿ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਕਾਂਗਰਸ ਦੇ ਹਾਈਕਮਾਨ ਉਹਨਾਂ ਦੀ ਮੀਟਿੰਗ ਹੋਈ, ਹਾਈਕਮਾਨ ਨੇ ਅਹਿਮਦ ਪਟੇਲ ਨੂੰ ਡਿਊਟੀ ਲਗਾ ਦਿੱਤੀ ਕਿ ਉਹਨਾਂ ਦੀ ਕੈਪਟਨ ਸਾਹਿਬ ਨਾਲ ਜੱਫੀ ਪਵਾਈ ਜਾਏ। ਇਹ ਹੁਣ ਦੇਖਣਾ ਹੋਊਗਾ ਕਿ ਤੁਸੀਂ ਜੱਫੀ ਪਵਾਉਂਦੇ ਹੋ ਕਿ ਨਹੀਂ ਪਵਾਉਂਦੇ ਹੋ। ਮੈਂ ਸਾਡੇ 4 ਬੁੱਧੀਜੀਵੀ ਬੈਠੇ ਹਾਂ, ਇਹਨਾਂ ਦੀ ਰਾਏ ਜ਼ਰੂਰ ਲੈਣਾ ਚਾਹਾਂਗਾ, ਸਮਾਂ ਘੱਟ ਆ, ਥੋੜ੍ਹੇ ਥੋੜ੍ਹੇ ਸ਼ਬਦਾਂ ਦੇ ਵਿੱਚ ਦੱਸੋ ਜੀ। ਪਹਿਲਾਂ ਗੁਰਨੂਰ ਜੀ, ਦੇਖੋ ਸਰ, ਸਿੱਧੂ ਸਾਹਿਬ ਲਈ ਤਾਂ ਮੈਂ ਇਹ ਕਹਿਣਾ ਚਾਹੁੰਦਾ, ਪੰਛੀ ਅਭੀ ਉਡਾਨ ਮੇਂ ਹੈ ਔਰ ਤੀਰ ਹਰ ਸ਼ਖਸ ਕੀ ਕਮਾਨ ਮੇਂ ਹੈ। ਕਾਂਗਰਸ ਪਾਰਟੀ ਨੂੰ ਪਤਾ ਨਹੀਂ ਕੀ ਤਕਲੀਫ ਹੋ ਰਹੀ ਹੈ ਸਿੱਧੂ ਸਾਹਿਬ ਤੋਂ, ਕਿ ਇਹਨਾਂ ਨੂੰ ਹਜ਼ਮ ਕਿਉਂ ਨਹੀਂ ਹੋ ਰਹੀ ਸਿੱਧੂ ਸਾਹਿਬ? ਸਭ ਤੋਂ ਪਹਿਲਾ ਸਵਾਲ ਤਾਂ ਇਹ ਆ। ਮੈਂ ਪਰਸੋਂ ਦੇਖ ਰਿਹਾ ਸੀ ਕਾਂਗਰਸੀ ਕੁਛ ਵਰਕਰ ਸਿੱਧੂ ਸਾਹਿਬ ਦਾ ਪੁਤਲਾ ਸਾੜ ਰਹੇ ਸੀ, ਤੇ ਉਹ ਕਹਿੰਦੇ ਚੋਰ ਕੀ ਦਾੜੀ ਮੇਂ ਤਿਨਕਾ। ਇਹ ਕਹਿੰਦੇ ਆ ਕਿ ਜਿਹੜਾ ਸਿੱਧੂ ਸਾਹਿਬ ਨੇ ਬਿਆਨ ਦਿੱਤਾ ਬਠਿੰਡੇ ਜਦੋਂ ਰਾਜਾ ਵੜਿੰਗ ਦੀ ਉਹ ਕਨਵੈਂਸਿੰਗ ਕਰ ਰਹੇ ਸੀ, ਤੇ ਉਹਨਾਂ ਨੇ ਬਿਆਨ ਦਿੱਤਾ, ਪਰ ਇੱਕ ਗੱਲ ਨੋਟ ਕਰਨ ਲਈ ਆ, ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ। ਤੇ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਿਆ? ਇਹ ਤਾਂ ਉਹ ਇਹਨਾਂ ਦਾ ਚੋਰ ਆ, ਆਪਣੇ ਜਾਂ ਚਾਰ ਦੇ ਪਾਸੇ ਕਰਦਾ, ਮਤਲਬ ਹਾਂ
ਇਹ ਇਹਨਾਂ ਨੇ ਆਪ ਇਹਨਾਂ ਦੇ ਵਰਕਰਾਂ ਨੇ ਆਪ ਸਾਬਿਤ ਕਰਤਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਮਿਲ ਜੁਲ ਕੇ ਪੰਜਾਬ ਨੂੰ ਚਲਾ ਰਿਹਾ। ਸਿੱਧੂ ਸਾਹਿਬ ਦੀ ਗੱਲ ਤੇ ਮੋਹ ਲਾ ਦਿੱਤੀ। ਕੈਪਟਨ ਮੇਰਾ ਸਵਾਲ ਇਹ ਹੈ ਕਿ ਵਾਕਈ ਸਿੱਧੂ ਸਾਹਿਬ ਪਾਵਰ ਮਿਨਿਸਟਰੀ ਮਨਜ਼ੂਰ ਕਰਨਗੇ ਜਾਂ ਕਾਂਗਰਸ ਛੱਡਣਗੇ? ਇਹ ਸਵਾਲ ਹੈ। ਮੈਂ ਉਹ ਗੱਲ ਕਰ ਰਿਹਾ ਉਹ ਤਾਂ ਇਹਨਾਂ ਦਾ ਪਾਰਟੀ ਦਾ ਆਪਣਾ ਨਿੱਜੀ ਫੈਸਲਾ, ਨਹੀਂ ਤੁਹਾਡੀ ਕੀ رائے ਕੀ ਕਰ। ਮੈਂ ਉਹੀ ਕਹਿ ਰਿਹਾ ਨਾ ਸਰ, ਪੀਡੀਐਲ ਨੂੰ ਬਹੁਤ ਜ਼ਿਆਦਾ ਤੁਹਾਡੇ ਸਰ, ਕਿਉਂਕਿ ਮੈਂ ਤੁਹਾਨੂੰ ਪੁੱਛ ਰਿਹਾ ਮੈਂ ਕਿਉਂ ਮੁੱਖ ਮੰਤਰੀ ਦੇ ਸੱਦੇ ਦਿੱਤੇ ਆ, ਕਿਉਂਕਿ ਸਰ ਅਸੀਂ ਸਿੱਧੂ ਸਾਹਿਬ ਨੂੰ ਤਾਂ ਸਪੋਰਟ ਕਰ ਰਹੇ ਹਾਂ ਕਿਉਂਕਿ ਸਿੱਧੂ ਸਾਹਿਬ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ, ਇਮਾਨਦਾਰੀ ਨਾਲ ਕੰਮ ਕੀਤਾ, ਬੇਬਾਕੀ ਨਾਲ ਬੋਲਦੇ ਆ, ਨਿਡਰਤਾ ਨਾਲ ਬੋਲਦੇ ਆ, ਤਾਂ ਕਰਕੇ ਅਸੀਂ ਸਿੱਧੂ ਸਾਹਿਬ ਦੇ ਨਾਲ ਅਸੀਂ ਡਟ ਕੇ ਸਾਥ ਦੇ ਰਹੇ ਹਾਂ ਕਿਉਂਕਿ ਉਹ ਸੱਚ ਦਾ ਸਾਥ ਦੇ ਰਿਹਾ। ਬਤੌਰ ਓਪੋਜੀਸ਼ਨ ਸਾਡਾ ਵੀ ਫਰਜ਼ ਬਣਦਾ ਕਿ ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰ ਰਿਹਾ, ਪੰਜਾਬ ਦੇ ਹੱਕ ਲਈ ਕੰਮ ਕਰ ਰਿਹਾ, ਅਸੀਂ ਉਸ ਚੀਜ਼ ਦਾ ਸਵਾਗਤ ਕਰਾਂਗੇ। ਪਰ ਕਾਂਗਰਸ ਦੇ ਵਿੱਚ ਉਹਨਾਂ ਦਾ ਵਿਰੋਧ ਤਾਂ ਕੀਤੀ ਜਾ ਰਹੀ ਆ ਕਿਉਂਕਿ ਇਹ ਸਰ ਭ੍ਰਿਸ਼ਟਾਚਾਰ ਵਾਲੀ ਪਾਰਟੀ ਹੈ, ਬੇਈਮਾਨਾਂ ਦੀ ਪਾਰਟੀ ਆ, ਇਹਨਾਂ ਨੂੰ ਸਿੱਧੂ ਸਾਹਿਬ ਹਜ਼ਮ ਹੀ ਨਹੀਂ ਹੋ ਰਹੇ, ਜਿਹਦੇ ਕਰਕੇ ਹੁਣ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਵੀ ਪਤਾ ਲੱਗ ਗਿਆ। ਹੁਣ ਇਹਨਾਂ ਨੇ, ਮੈਂ ਇੱਕ ਗੱਲ ਆਇਰਨੀਅਲੀ ਕਰਨਾ ਚਾਹੁੰਦਾ, ਇਹ ਕਹਿੰਦੇ ਕਿ ਕੈਪਟਨ ਸਾਹਿਬ ਬਾਰੇ ਗਲਤ ਬਿਆਨ ਦਿੱਤਾ, ਅੱਜ ਸਰ 90% ਪੰਜਾਬ ਇਹ ਬੋਲ ਰਿਹਾ ਕਿ ਦੋਨੋਂ ਪਰਿਵਾਰ ਮਿਲੀ ਭੁਗਤ ਨਾਲ ਪੰਜਾਬ ਚਲਾ ਰਿਹਾ। ਹੁਣ ਕੀ ਇਹ ਸਾਰੇ ਪੰਜਾਬ ਦਾ ਪੁਤਲਾ ਫੂਕਣਗੇ ਜੇ ਬਿਆਨ ਤੇ? ਇਹ ਤਾਂ ਆਮ ਲੋਕਾਂ ਦੀ ਅਸੰਪਸ਼ਨ ਹੈ ਕਿ ਆ ਸਹੀ ਹੈ। ਸਮਾਂ ਘੱਟ ਆ, ਥੋੜਾ ਜਿਹਾ ਸਮੇਂ ਦੀ ਵੀ ਆਪਾਂ ਧਿਆਨ ਰੱਖਣਾ। ਹਾਂਜੀ ਕੌਸ਼ਿਕ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਬਾਅਦ ਚ ਆਉਣਾ ਕਾਂਗਰਸ ਤੇ। ਦੇਖੋ ਰਜੇਸ਼ ਜੀ, ਜਦੋਂ ਸਿੱਧੂ ਜੀ ਨੇ ਬੀਜੇਪੀ ਛੱਡੀ ਸੀ, ਉਹਨਾਂ ਨੇ ਆਪਣੇ ਫਲੈਟ ਦੇ ਥੱਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਤੁਹਾਡੇ ਕੋਲ ਵੀ ਲਾਇਬ੍ਰੇਰੀ 'ਚ ਰਿਕਾਰਡ ਹੋਏਗਾ, ਕੱਢ ਕੇ ਦੇਖ ਲਿਓ। ਉਹਨਾਂ ਨੇ ਕਿਹਾ ਸੀ, ਫਲ ਖਾਨ ਨੇ ਜਿਸ ਪੇੜ ਕੇ ਗੰਦੇ ਕੀਨੇ ਪਾਤ। ਉਹਨਾਂ ਦਾ ਫਾਰਮੂਲਾ ਹੀ ਹੈ ਵੀ ਜਿੱਥੇ ਬੈਠਣਾ ਉੱਥੇ ਬਿੱਠ ਕਰਕੇ ਉੱਠਣਾ, ਉਹ ਕਾਂਗਰਸ 'ਚ ਵੀ ਬਿੱਠ ਕਰ ਰਹੇ ਨੇ, ਇਸ ਤੋਂ ਜ਼ਿਆਦਾ ਮੈਂ ਕੁਛ ਨਹੀਂ ਕਹਿ ਸਕਦਾ। ਹਾਂਜੀ ਦੇਖੋ ਜੀ, ਮੈਂ ਜਿਹੜੀ ਗੱਲ ਮੈਂ ਕਹਿੰਦਾ ਉਹ, ਮੈਂ ਵੀ ਇਹਨਾਂ ਵਰਗੇ ਮੇਰੇ ਵਿਚਾਰ ਹੈਗੇ ਨੇ ਕੌਸ਼ਿਕ ਸਾਹਿਬ ਵਰਗੇ, ਵੀ ਸਿੱਧੂ ਸਾਹਿਬ ਇੱਕ ਐਸੇ ਵਿਅਕਤੀ ਨੇ ਵੀ ਜਿਨ੍ਹਾਂ ਦਾ ਡਿਸਿਪਲਿਨ ਨਾਂ ਦੀ ਕੋਈ ਚੀਜ਼ ਨਹੀਂ। ਕਿਸੇ ਜਿੱਥੇ ਸਿੱਧੂ ਸਾਹਿਬ ਹੋਣ ਉੱਥੇ ਕਿਸੇ ਨੂੰ ਹੋਰ ਨੂੰ ਲੜਨ ਦੀ ਲੋੜ ਕੋਈ ਨਹੀਂ, ਲੜਾਈ ਇਹਨਾਂ ਨੇ ਆਪੇ ਹੀ ਸ਼ੁਰੂ ਕਰ ਲੈਣੀ ਹੁੰਦੀ ਆ। ਉਹ ਚਾਹੇ ਟੀਮ 'ਚ ਹੋਣ ਤਾਂ ਅਜਰੂਦੀਨ ਨਾਲ ਲੜਦੇ ਹੁੰਦੇ ਨੇ, ਜੇ ਇਹ ਬੀਜੇਪੀ ਹੋਣ ਤਾਂ ਬੀਜੇਪੀ ਨਾਲ ਲੜਦੇ ਹੁੰਦੇ ਨੇ, ਜੇ ਬਾਦਲ ਸਾਹਿਬ ਦੀ ਗੌਰਮੈਂਟ 'ਚ ਹੋਣ ਤਾਂ ਇਹਨਾਂ ਦੇ ਘਰ ਵਾਲੀ ਬਾਦਲ ਸਾਹਿਬ ਦੇ ਨਾਲ ਲੜਦੀ ਹੁੰਦੀ ਆ, ਜੇ ਇਹ ਕਾਂਗਰਸ ਪਾਰਟੀ ਹੋਣ 'ਚ ਤਾਂ ਇਹ ਕਾਂਗਰਸ ਪਾਰਟੀ ਨਾਲ ਲੜਦੇ ਹੁੰਦੇ ਨੇ। ਇਹਨਾਂ ਇਹ ਕਿਸੇ ਡਿਸਿਪਲਿਨ 'ਚ ਰਹਿਣ ਵਾਲੇ ਨੇ, ਦੋਨੇ ਹਸਬੈਂਡ ਵਾਈਫ, ਇਸ ਕਰਕੇ ਇਹਨਾਂ ਦਾ ਕਿਤੇ ਗੁਜ਼ਾਰਾ ਨਹੀਂ ਹੋਣਾ, ਅਲਟੀਮੇਟਲੀ ਇਹਨਾਂ ਨੇ ਘਰੇ ਪੈਣਾ। ਚਲੋ ਮੈਂ ਇੱਕ ਸਵਾਲ ਸਾਰਿਆਂ ਨੂੰ ਪੁੱਛਣਾ ਕਿ ਸਿੱਧੂ ਸਾਹਿਬ ਦੀ ਇਮਾਨਦਾਰੀ ਤੇ ਜਾਂ ਇਹ ਡਿਸਿਪਲਿਨ ਜਦੋਂ ਕਹਿੰਦੇ ਆ ਉਹ ਨਹੀਂ ਮੈਂ ਕਹਿ ਸਕਦਾ, ਇਮਾਨਦਾਰੀ ਤੇ ਕਿਸੇ ਨੇ ਕੋਈ ਉਂਗਲ ਉਠਾਈ? ਇਹ ਸਵਾਲ ਹੀ ਨਹੀਂ ਹੈਗਾ ਜੀ ਉੜਦਾ, ਸਵਾਲ ਤਾਂ ਇਹ ਉੜਦਾ ਵੀ ਜਿੱਥੇ ਵੀ ਉਹ ਜਾਂਦੇ ਨੇ, ਗੱਲ ਕੀਤੀ ਨਾ ਕਾਂਗਰਸ ਭ੍ਰਿਸ਼ਟਾਚਾਰ, ਜਿੱਥੇ ਵੀ ਉਹ ਜਾਂਦੇ ਨੇ ਉਹਨਾਂ ਨੇ ਕਦੇ ਕਿਸੇ ਡਿਸਿਪਲਿਨ ਚ ਰਹਿਣਾ ਸਿੱਖਿਆ ਹੀ ਨਹੀਂ, ਸਵਾਏ ਲੜਾਈ ਤੋਂ ਉਹਨਾਂ ਨੂੰ ਕੁਛ ਆਉਂਦਾ ਹੀ ਨਹੀਂ। ਕਾਂਗਰਸ ਨੂੰ ਪੁੱਛ ਲੈ। ਹਾਂਜੀ ਭਾਰਤੀ, ਤੁਸੀਂ ਕੀ ਕਹਿਣਾ ਚਾਹੋਗੇ? ਕੀ ਸਿੱਧੂ ਸਾਹਿਬ ਨੂੰ ਮਨਾ ਲਿਆ ਜਾਊਗਾ, ਜੱਫੀ ਪਵਾਈ ਜਾਊਗੀ ਕੈਪਟਨ ਸਾਹਿਬ ਨਾਲ ਕਿ ਨਹੀਂ, ਕਿਉਂਕਿ ਜੱਫੀ ਦਾ ਵਿਵਾਦ ਬਹੁਤ ਚੱਲਿਆ ਪਾਕਿਸਤਾਨ ਤੋਂ? ਦੇਖੋ ਗੱਲ ਇਹ ਹੈ ਵੀ ਜੇ ਉਹਨਾਂ ਨੇ ਉੱਥੇ ਵੀ ਜੱਫੀ ਪਾਈ ਹੈ ਤਾਂ ਉਹਦਾ ਪੂਰਾ ਸਿੱਖ ਕੌਮ ਨੂੰ ਫਾਇਦਾ ਹੋ ਰਿਹਾ। ਕਰਤਾਰਪੁਰ ਕੋਰੀਡੋਰ ਬੜੀ ਦੇਰ ਤੋਂ ਪੈਂਡਿੰਗ ਪਿਆ ਸੀ, ਇਹ ਉਹਨਾਂ ਦੀ ਜੱਫੀ ਦਾ ਹੀ ਕਮਾਲ ਹੈ ਵੀ ਜਿਹੜੀ ਇੱਥੇ ਅੱਜ ਉਹ ਰਸਤਾ ਬਣ ਰਿਹਾ, ਚਾਹੇ ਉਹ ਅੱਜ ਬੀਜੇਪੀ ਕ੍ਰੈਡਿਟ ਦੀ ਕੋਸ਼ਿਸ਼ ਕਰੇ, ਅਕਾਲੀ ਦਲ ਕੋਸ਼ਿਸ਼ ਕਰੇ, ਪਰ ਉਹਦਾ ਕ੍ਰੈਡਿਟ ਸਿੱਧੂ ਨੂੰ ਹੀ ਜਾਂਦਾ ਹੈ, ਤਾਂ ਹੀ ਗੱਲ ਸਿੱਧੀ ਹੋਈ ਹੈ ਕੁਝ ਹੱਦ ਤੱਕ ਜਾਂਦਾ। ਦੂਸਰੀ ਗੱਲ, ਜਿਹੜਾ ਤੁਹਾਡਾ ਸਵਾਲ ਰਹਿ ਗਿਆ ਵੀ ਉਹ ਪਾਵਰ ਮਿਨਿਸਟਰੀ ਲੈਣਗੇ ਕਿ ਨਹੀਂ ਲੈਣਗੇ, ਉਸ ਕਾਂਗਰਸ 'ਚ ਰਹਿਣਗੇ ਕਿ ਨਹੀਂ ਰਹਿਣਗੇ, ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜਿਹੜੀ ਗਿੱਲ ਸਾਹਿਬ ਨੇ ਕਹੀ ਹੈ ਕਿ ਡਿਸਿਪਲਿਨ ਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ। ਰਾਜਨੀਤੀ ਇਹ ਕਹਿੰਦੀ ਹੈ ਵੀ ਜੋ ਪਾਰਟੀ ਦੀਆਂ ਨੀਤੀਆਂ ਨੇ ਉਹਦੇ ਮੁਤਾਬਕ ਚੱਲਿਆ ਜਾਏ, ਜੇ ਤੁਹਾਨੂੰ ਪਾਰਟੀ ਦੀਆਂ ਨੀਤੀਆਂ ਦੇ ਨਾਲ ਕੋਈ ਫਰਕ ਹੈ, ਤੁਸੀਂ ਉਹਦੇ ਨਾਲ ਨਹੀਂ ਚੱਲ ਸਕਦੇ, ਤਾਂ ਪਾਰਟੀ ਦੇ ਪਲੇਟਫਾਰਮ ਤੇ ਬੈਠ ਕੇ ਗੱਲ ਕਰੋ। ਜੇਕਰ ਪਾਰਟੀ ਦੇ ਪਲੇਟਫਾਰਮ ਤੇ ਬਹਿ ਕੇ ਆਪਾਂ ਗੱਲ ਨਾ ਕਰੀਏ, ਆਊਟ ਆਫ ਪਲੇਟਫਾਰਮ ਹੋ ਜਾਈਏ, ਤਾਂ ਉਹ ਇਨਡਿਸਿਪਲਿਨ ਗਿਣਿਆ ਜਾਂਦਾ। ਪਾਰਟੀ ਉਹਨੂੰ ਰਹਿ ਗਈ ਬਦਲਣ ਦੀ ਗੱਲ, ਮਹਿਕਮਾ ਕੱਲਾ ਉਹਨਾਂ ਦਾ ਨਹੀਂ ਬਦਲਿਆ,
ਚਾਰ ਪੰਜ ਮਿਨਿਸਟਰ ਹੋਰ ਵੀ ਬਦਲੇ, ਬਦਲਣਾ ਪੈ ਗਿਆ ਬਾਕੀਆਂ ਦਾ ਕਿਉਂਕਿ ਸਿੱਧੂ ਸਾਹਿਬ ਦੇ ਟਾਰਗੇਟ ਹੋ ਰਹੇ ਨੇ। ਚਲੋ ਤੁਸੀਂ ਕਹਿ ਸਕਦੇ ਹੋ, ਲੇਕਿਨ ਬਾਕੀ ਸਾਰਿਆਂ ਨੇ ਜੁਆਇਨ ਕਰ ਲਿਆ, ਉਹਨਾਂ ਨੇ ਉਹ ਹਾਈਕਮਾਂਡ ਕੋਲ ਚਲੇ ਗਏ। ਹੁਣ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਹੈ ਹਾਈਕਮਾਂਡ ਕੋਲ ਹੈ, ਹਾਈਕਮਾਂਡ ਨੇ ਅਹਿਮਦ ਪਟੇਲ ਜੀ ਦੀ ਡਿਊਟੀ ਲਗਾਤੀ ਵੀ ਜੇ ਤੁਸੀਂ ਇਹਨਾਂ ਦੇ ਡਿਫਰੈਂਸਿਸ ਦੂਰ ਕਰਾ ਸਕਦੇ ਹੋ ਠੀਕ ਹੈ, ਨਹੀਂ ਤਾਂ ਇਹਨਾਂ ਬਾਰੇ ਕੋਈ ਹੋਰ ਹੱਲ ਸੋਚਿਆ ਜਾਏਗਾ। ਲੋਕ ਨਾ ਇਹਨਾਂ ਦੀ ਜਿਹੜੀ ਗੁਮਰਾਹ ਵਾਲੀ ਰਾਜਨੀਤੀ ਹੈ ਨਾ, ਲੋਕੀ ਇਸ ਆਸ ਚ ਬੈਠੇ ਸੀ ਕਿ ਜਿਹੜੀ ਸਾਡੇ ਗੁਰੂ ਪਿਤਾ ਨਾਲ ਬੇਦਬੀ ਹੋਈ ਹੈ ਕਾਂਗਰਸ ਸਰਕਾਰ ਉਸ ਚੀਜ਼ ਦਾ ਇਨਸਾਫ਼ ਦਊਗੀ, ਪਰ ਲੋਕਾਂ ਨੂੰ ਹੌਲੀ ਹੌਲੀ ਹੁਣ ਸਮਝ ਆ ਜੂਗੀ ਇਹ ਦੋਨੋਂ ਜਿਹੜੇ ਪਰਿਵਾਰ ਨੇ ਜਾਂ ਦੋਨੋਂ ਪਾਰਟੀਆਂ ਨੇ ਇਹਨਾਂ ਨੇ ਸਿਰਫ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਤੇ ਕਰਨਗੇ, ਉਹ ਬਾਈ ਚ ਕਲੀਅਰ ਹੋ ਜੂਗਾ। ਜਿਹੜੀ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਸਿੱਧੂ ਸਾਹਿਬ ਦਾ ਮਹਿਕਮਾ ਬਦਲਦਾ, ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਚਲੋ ਹਮੇਸ਼ਾ ਹਮੇਸ਼ਾ ਮੈਂ ਵੈਸੇ ਕਿਸੇ ਪਾਰਟੀ ਦੇ ਨਿੱਜੀ ਮੈਂ ਜਾਣਾ ਨੀ ਚਾਹੁੰਦਾ, ਉਹਨਾਂ ਦਾ ਆਪਣਾ ਨਿੱਜੀ ਪਾਰਟੀ ਦਾ ਫੈਸਲਾ ਹੁੰਦਾ, ਪਰ ਵਿਦਆਊਟ ਨੋਇੰਗ ਦ ਰੀਜ਼ਨ ਕਿ ਸਿੱਧੂ ਸਾਹਿਬ ਦੀ ਪਰਫਾਰਮੈਂਸ ਕਿੱਥੇ ਮਾੜੀ ਰਹਿ ਗਈ। ਉਹਨਾਂ ਨੇ ਤਾਂ ਵੇਰਵਾ ਵੀ ਦੇ ਦਿੱਤਾ ਸੀ, ਸਾਰਾ ਰਿਪੋਰਟ ਕਾਰਡ ਦਿਖਾਤਾ ਸੀ ਕਿ ਆਹ ਡਿਪਾਰਟਮੈਂਟ ਨੰਗ ਡਿਪਾਰਟਮੈਂਟ ਹੁੰਦਾ ਸੀ, ਇਸ ਵੇਲੇ ਇਸ ਡਿਪਾਰਟਮੈਂਟ ਦੇ ਵਿੱਚ 10,000 ਕਰੋੜ ਆ ਗਿਆ ਡਿਪਾਰਟਮੈਂਟ, ਸਿਰਫ ਮੇਰੀਆਂ ਨੀਤੀਆਂ ਕਰਕੇ। ਤੇ ਇਹਦੇ ਵਿੱਚ ਕਾਂਗਰਸ ਸਰਕਾਰ ਨੂੰ ਤਕਲੀਫ ਹੋ ਗਈ ਕਿ ਸਿੱਧੂ ਸਾਹਿਬ ਨੇ ਇੰਨਾ ਵਧੀਆ ਕੰਮ ਕਿਉਂ ਕਰਕੇ ਦਿੱਤਾ। ਸਾਹਿਬ ਦੋ ਚਿਹਰੇ ਪੇ ਜੋ ਆਈਨੇ ਸਾਹਿਬ ਕਰਤੇ ਹੈ ਉਹ ਕੰਮ ਹੈ, ਮਹਿਕਮੇ ਵੀ ਕਦੇ ਰੰਗ ਹੁੰਦੇ ਨੇ ਕਦੇ ਕੈਲਕੂਲੇਸ਼ਨ ਲਈ ਕਰਦੇ ਹੋ, ਅੱਜ ਤੱਕ ਇਹ ਇਹਨਾਂ ਨੂੰ ਕਈ ਮਹਿਕਮਿਆਂ ਚ ਉਹਨਾਂ ਨੇ ਦੱਸਤਾ ਵੀ ਇੱਥੇ ਰਿਸ਼ਵਤ ਜ਼ਿਆਦਾ ਸੀਗੀ ਤੇ ਸਰਕਾਰ ਨੂੰ ਘੱਟ ਆਮਦਨ ਸੀ। ਇੱਕ ਗੱਲ ਕਰਨਾ ਚਾਹੁੰਦਾ ਵਿੱਚ ਮੈਂ ਸਹਿਮਤ ਹਾਂ, ਚਲੋ ਮੈਂ ਹੁਣ ਮੇਰੇ ਕੋਲ ਸਮਾਂ ਘੱਟ ਆ, ਗਨੂ ਜੀ ਜ਼ਰੂਰ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, ਜਿੰਨੇ ਤੁਸੀਂ ਸਾਡੇ ਸਟੂਡੀਓ ਚ ਆਏ ਹੋ ਸਾਰੇ ਬੁੱਧੀਜੀਵੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ, ਤੇ ਇਸ ਆਸ ਲਈ ਅਸੀਂ ਸਾਰੇ ਇੱਕ ਪ੍ਰਯਾਸ ਲੱਗੇ ਹੋਏ ਹਾਂ, ਚਾਹੇ ਸਰਕਾਰਾਂ ਕੇਂਦਰ ਹੋਣ ਚਾਹੇ ਪੰਜਾਬ ਸਰਕਾਰ ਹੋਵੇ, ਕਦੋਂ ਪਾਕਿਸਤਾਨ ਨੂੰ ਵਾਧੂ ਪਾਣੀ ਜਾਣ ਵਾਲਾ ਜਿਹੜਾ ਪਾਣੀ ਆ ਉਹਦੇ ਤੇ ਜਿਹੜਾ ਡੈਮ ਆ ਉਹਨੂੰ ਕਦੋਂ ਰੋਕਿਆ ਜਾਊਗਾ, ਕਿੰਨੀ ਜਲਦੀ ਰੋਕਿਆ ਜਾਊਗਾ, ਔਰ ਕਿੰਨੀ ਜਲਦੀ ਪੰਜਾਬ ਹਰਿਆਣਾ ਹਿਮਾਚਲ ਸਾਡੇ ਰਾਜਸਥਾਨ ਜੇ ਐਂਡ ਕੇ ਦੇ ਵਿੱਚ ਕਦੋਂ ਦੁਬਾਰਾ ਖੁਸ਼ਹਾਲੀ ਆਊਗੀ ਤਾਂ ਕਿ ਸਾਡਾ ਜਿਹੜਾ ਪਾਣੀਆਂ ਦੀ ਕਿੱਲਤ ਆ ਉਹ ਕਦੋਂ ਖਤਮ ਹੋਊਗੀ। ਇਸ ਵਾਸਤੇ ਇਹ ਪ੍ਰੋਜੈਕਟ ਲਾਉਣਾ ਬਹੁਤ ਜ਼ਰੂਰੀ ਆ, ਦੇਰ ਆਏ ਦਰੁਸਤ ਆਏ, ਔਰ ਉਹਦੇ ਨਾਲ ਨਾਲ ਹੀ ਜਿਹੜੀ ਸਿੱਧੂ ਸਾਹਿਬ ਦੀ ਗੱਲ ਹੈ, ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਜੇ ਸਿੱਧੂ ਸਾਹਿਬ ਅੱਛੇ ਆਪਣੀ ਜਿਹੜੀ ਵੀ ਸਰਕਾਰ 'ਚ ਹੈਗੇ ਨੇ ਜਿਹੜੀ ਵੀ ਪਾਰਟੀ 'ਚ ਹੈਗੇ ਨੇ ਉਹਦੇ ਵਿੱਚ ਆਪਣੀ ਸਹੀ ਇਮਾਨਦਾਰੀ ਨਾਲ ਜਿਸ ਤਰ੍ਹਾਂ ਪਹਿਲਾਂ ਕੰਮ ਕਰਦੇ ਸੀ ਉਹ ਕਰਦੇ ਰਹਿਣ। ਸਾਡੇ ਵੱਲੋਂ ਇਸ ਚੈਨਲ ਵੱਲੋਂ ਤੋਂ ਇਹੀ ਦੁਆ ਵੀ ਹੈ ਔਰ ਉਹਨਾਂ ਨੂੰ ਇੱਕ ਜਿਹਨੂੰ ਕਹਿੰਦੇ ਆ ਮੈਸੇਜ ਵੀ ਹੈ ਵੀ ਖਾਸ ਕਰਕੇ ਜ਼ਿਆਦਾ ਪਾਰਟੀਆਂ ਬਦਲਣਾ ਠੀਕ ਨਹੀਂ ਹੁੰਦਾ, ਤੁਸੀਂ ਅਗਰ ਕਾਂਗਰਸ ਦੀ ਪਾਰਟੀ ਦੇ ਵਿੱਚ ਹੈਗੇ ਤੇ ਪਾਰਟੀ 'ਚ ਰਹੋ ਤਾਂ ਜ਼ਿਆਦਾ ਵਧੀਆ ਗੱਲ, ਰਹਿ ਕੇ ਕੰਮ ਕਰਨਾ ਜ਼ਿਆਦਾ ਜ਼ਰੂਰੀ ਆ, ਪਰ ਲੇਕਿਨ ਹਰ ਆਪਣਾ ਉਹਨਾਂ ਦਾ ਨਿੱਜੀ ਫੈਸਲਾ ਉਹਦੇ ਵਿੱਚ ਨਹੀਂ ਜਾਵਾਂਗੇ। ਫਿਲਹਾਲ ਸਾਡੇ ਕੋਲ ਸਮੇਂ ਦੀ ਬੜੀ ਘਾਟ ਹੈ, ਮੈਂ ਦੇਖ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਜੇ ਜਿਹੜੇ ਮੁੱਦੇ ਤੇ ਜੇ ਅਸੀਂ ਡਿਸਕਸ਼ਨ ਕੀਤੀ ਆ ਉਹਦੇ ਵਿੱਚ ਤੁਸੀਂ ਵੀ ਭਾਗ ਲੈ ਸਕਦੇ ਹੋ, ਸਾਡੇ ਨੰਬਰ ਥੱਲੇ ਚੱਲ ਰਹੇ ਨੇ ਇਸ ਯੂਟਿਊਬ ਰਾਹੀਂ ਜਾਂ ਸਾਡੇ ਚੈਨਲ ਰਾਹੀਂ ਤੁਸੀਂ ਸਾਨੂੰ ਕਮੈਂਟਸ ਕਰ ਸਕਦੇ ਹੋ, ਤੁਹਾਡੀ ਰਾਏ ਅਸੀਂ ਜ਼ਰੂਰ ਬਹੁਮੁੱਲੇ ਰਾਏ ਜਿਹੜੀ ਅਸੀਂ ਰੱਖਾਂਗੇ ਔਰ ਉਹ ਦੇਸ਼ ਨੂੰ ਵੀ ਦੇਵਾਂਗੇ ਔਰ ਪੰਜਾਬ ਦੇ ਸੂਬੇ ਨੂੰ ਵੀ ਦੇਵਾਂਗੇ, ਸਾਰਿਆਂ ਨੂੰ ਜਗ ਜਾਹਿਰ ਕਰਾਂਗੇ ਔਰ ਇਹਦੇ ਨਾਲ ਹੀ ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਰਹੋ। ਸਤਿ ਸ਼੍ਰੀ ਅਕਾਲ।